ਕਮੈਂਟ ਕਰਨ ਵਾਲੇ ਹੈ ਦੇ ਡੋਨਟ ਯੂਜ਼ देयर ਬ੍ਰੇਨਸ ਕਿ ਗੱਲ ਕਹੀ ਕੀ ਜਾ ਰਹੀ ਹੈ ਉਹ ਧਿਆਨ ਨਾਲ ਨਹੀਂ ਸੁਣਦੇ ਮੈਂ ਆਮ ਆਦਮੀ ਪਾਰਟੀ ਦੇ ਜਿਹੜੇ 91 ਗਾਲਾਂ ਕੱਢਣ ਦਾ ਜਿਹੜਾ ਚੱਲਨ ਹੈ ਇਹ ਕੌਮ ਸਗੀ ਕੀਦੀ ਹੈ ਪੰਜ ਸੱਤ ਸੱਤ ਜਵਾਕ ਸਾਨੂੰ ਪਤਾ ਜੀ ਅਸੀਂ ਅਫੋਰਡ ਨਹੀਂ ਕਰ ਸਕਦੇ ਅਸੀਂ ਜੰਮਦੇ ਵੀ ਨਹੀਂ ਅੱਧੇ ਸਾਡੇ ਨਸ਼ਿਆਂ ਨੇ ਬੱਚੇ ਨਪੁੰਸਕ ਕਰਤੇ ਉਹਨਾਂ ਦੇ ਬੱਚੇ ਨਹੀਂ ਹੁੰਦੇ ਦੀਪ ਸਿੱਧੂ ਨਾਲ ਮੇਰੀ ਸੋਚ ਨਹੀਂ ਸੀ ਕਿਉਂਕਿ ਕੌਮ ਬਚਾਉਣੀ ਹੈ ਇਸ ਟਾਈਮ 'ਤੇ ਸਾਡਾ ਬਾਈ ਜੀ ਬੱਚੇ ਰਹਿ ਗਏ ਸਿੱਖਾਂ ਕੋਲ ਜਿਹੜੇ ਸਿੱਖ ਕੌਮ ਦੇ ਵੱਡੇ ਪਹਿਰੇਦਾਰ ਨੇ ਉਹਨਾਂ ਨੂੰ ਵੀ ਦੱਸਣਾ ਚਾਹੁੰਦਾ ਸਾਡੇ ਬੱਚੇ ਰਹਿ ਗਏ ਸਿੱਖਾਂ ਕੋਲ ਇੱਕ ਜਾਂ ਦੋ ਕਿਉਂਕਿ ਅਸੀਂ ਰੂੜਮਤੀ ਨਹੀਂ ਹੈਗੇ ਇੱਕ ਕੌੜਾ ਸੱਚ ਹੋਰ ਵੀ ਆ ਦਰਸ਼ਕੋ ਕਿ ਅਸੀਂ ਜਿਉਂਦਿਆਂ ਦੀ ਕਦਰ ਨਹੀਂ ਪਾਉਂਦੇ ਸਾਡੇ ਪੰਜਾਬੀਆਂ 'ਚ ਤਾਂ ਖਾਸ ਤੌਰ 'ਤੇ ਜਿਉਂਦਿਆਂ ਦੀ ਕਦਰ ਨਹੀਂ ਪੈਂਦੀ ਬਾਈ ਦੀਪ ਸਿੱਧੂ ਨੂੰ ਵੇਖ ਲਓ ਠੀਕ ਹੈ ਭੋਗ 'ਤੇ ਬਹੁਤ ਇਕੱਠ ਹੋ ਜਾਂਦਾ ਬਹੁਤ ਏਜੰਡਿਆਂ ਵਾਲੇ ਲੋਕ ਇਕੱਠੇ ਹੋ ਜਾਂਦੇ ਆ ਵੀ ਸਾਡਾ ਏਜੰਡਾ ਇਹ ਆ ਸਾਡਾ ਏਜੰਡਾ ਉਹ ਆ ਪਰ ਜਿਉਂਦੇ ਦੀ ਉਹਦੀ ਕਦਰ ਨਹੀਂ ਉਹਨੂੰ ਗਦਾਰ ਧੱਕਿਆ ਅਤੇ ਕੀ ਜਸੀ ਜਸਰਾਜ ਨੂੰ ਡਰ ਨਹੀਂ ਲੱਗਦਾ ਵੀ ਕਿਤੇ ਤੁਹਾਡੇ 'ਤੇ ਵੀ ਇਹ ਧੱਫੇ ਧੱਬੇ ਲੱਗ ਚੁੱਕੇ ਆ ਵੈਸੇ ਅਤੇ ਹੋਰ ਵੱਡੇ ਲੈਵਲ 'ਤੇ ਲੱਗ ਸਕਦੇ ਆ ਚੱਲੀ ਜਾਣ ਦਿਓ ਜੀ ਇਹ ਤਾਂ ਮੈਂ ਪਾਰਟ ਐਂਡ ਪਾਰਸਲ ਆਫ ਲਾਈਫ ਸਮਝਦਾ ਦੀਪ ਸਿੱਧੂ ਨਾਲ ਮੇਰੀ ਸੋਚ ਨਹੀਂ ਸੀ ਰਲਦੀ ਮੈਂ ਚਾਹੇ ਉਹ ਜਿਉਂਦਾ ਸੀਗਾ ਬਾਈ ਮੇਰਾ ਤਾਂ ਵੀ ਮੈਂ ਕਹਿੰਦਾ ਸੀਗਾ ਅਤੇ ਅੱਜ ਵੀ ਜਿਹੜੀ ਉਹਦੀ ਸੋਚ ਸੀ ਵੀ ਕਿਉਂਕਿ ਜਿਹੜੀ ਸਾਡੀ ਜਿਹੜੀ ਕੌਮ ਹੈ ਜੀ ਇਹ ਜਦੋਂ ਤੱਤੇ ਭਾਸ਼ਣਾਂ ਦੇ ਭੁਲੇਖੇ 'ਚ ਆ ਕੇ ਇਹ ਇਹਨਾਂ ਦਾ ਨੁਕਸਾਨ ਹੁੰਦਾ ਰਿਹਾ ਜਦੋਂ ਕੋਈ ਕਹਿੰਦਾ ਤੁਹਾਡੀ ਕੌਮ ਨੂੰ ਖਤਰਾ ਤੁਸੀਂ ਤਾਂ ਐਂ ਤੁਸੀਂ ਤਾਂ ਉਹ ਸਾਨੂੰ ਖਤਰਾ ਯਾਰ ਉਹ ਖਤਰਾ ਕਹਿ ਕੇ ਉਹ ਲੀਡਰ ਬਣ ਜਾਂਦਾ ਉੱਤੇ ਤੁਹਾਡੀ ਕੌਮ ਨੂੰ ਖਤਰਾ ਕੌਮ ਤਾਂ ਉੱਥੇ ਹੀ ਖੜੀ ਆ ਬਾਜਾਂ ਵਾਲੇ ਦੀ ਕੌਮ ਨੂੰ ਖਤਰਾ ਉਹ ਬਈ ਜਿਹਨੇ ਦੂਜਿਆਂ ਦੇ ਧਰਮਾਂ ਪਿੱਛੇ ਆਪਣੇ ਆਪ ਦੀ ਕੁਰਬਾਨੀ ਆਪਣੇ ਪਿਤਾ ਦੀ ਕੁਰਬਾਨੀ ਆਪਣੇ ਬੱਚਿਆਂ ਦੀ ਕੁਰਬਾਨੀ ਅੱਜ ਉਸ ਕੌਮ ਨੂੰ ਖਤਰਾ ਕਿੱਥੋਂ ਹੋ ਜੂਗਾ ਖਤਰਾ ਸਾਨੂੰ ਸਾਡਿਆਂ ਤੋਂ ਜ਼ਰੂਰ ਹੋ ਸਕਦਾ ਜਦ ਤੱਕ ਜਿਹੜਾ ਬੰਦਾ ਸਾਨੂੰ ਸਾਡੇ 'ਚ ਰਹਿ ਕੇ ਸਾਡੇ ਵਰਗਾ ਹੋ ਕੇ ਪਾੜਦਾ ਆ ਉਹ ਬੰਦੇ ਤੋਂ ਸਾਨੂੰ ਖਤਰਾ ਹੋ ਸਕਦਾ ਬਾਹਰਲੇ ਤੋਂ ਸਾਨੂੰ ਐਡਾ ਖਤਰਾ ਹੈ ਨਹੀਂ ਸੋ ਇਸ ਕਰਕੇ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਬਾਈ ਜੇ ਦੀਪ ਬਾਈ ਕਹਿੰਦਾ ਸੀਗਾ ਕੋਈ ਤੱਤੀਆਂ ਗੱਲਾਂ ਕਰਦਾ ਸੀ ਤਾਂ ਮੈਂ ਉਹਦੇ ਨਾਲ ਕਦੀ ਇਤਫਾਕ ਨਹੀਂ ਰੱਖਿਆ ਕਿਉਂਕਿ ਅਸੀਂ ਦੋਨੋਂ ਇਨਸਾਨ ਹੈ ਉਹਦੀ ਥਿੰਕਿੰਗ ਹੋਰ ਹੋ ਸਕਦੀ ਮੇਰੀ ਇਹ ਨਹੀਂ ਕਿ ਮੈਂ ਉਹਦਾ ਬੁਰਾ ਚਾਹੂੰਗਾ ਇਟਸ ਲਾਈਕ ਤੁਸੀਂ ਜੇ ਇੱਕੋ ਜਿੱਕਾ ਸੋਚਣ ਲੱਗ ਗਏ ਸਾਰੇ ਫਿਰ ਤਾਂ ਵਿਰੋਧ ਹੀ ਨਹੀਂ ਰਿਹਾ ਜੇ ਵਿਰੋਧ ਨਹੀਂ ਰਿਹਾ ਤਾਂ ਫਿਰ ਤੁਸੀਂ ਗੁੰਮਰਾਹ ਹੋ ਕੇ ਕਿਤੇ ਖਾਈ 'ਚ ਡਿੱਗੋਗੇ ਸਕੇ ਭਰਾਵਾਂ ਦੀ ਵੀ ਥਿੰਕਿੰਗ ਅਲੱਗ ਹੁੰਦੀ ਹਾਂਜੀ ਸੋ ਅਸੀਂ ਤਾਂ ਕੋਸ਼ਿਸ਼ ਕਰੀਦੀ ਹੈ ਵੀ ਜਿੰਨਾ ਕੁ ਹੋ ਸਕੇ ਲੋਕਾਂ ਨੂੰ ਕਿਉਂਕਿ ਕੌਮ ਬਚਾਉਣੀ ਹੈ ਇਸ ਟਾਈਮ 'ਤੇ ਸਾਡਾ ਬਾਈ ਜੀ ਬੱਚੇ ਰਹਿ ਗਏ ਸਿੱਖਾਂ ਕੋਲ ਜਿਹੜੇ ਸਿੱਖ ਕੌਮ ਦੇ ਵੱਡੇ ਪਹਿਰੇਦਾਰ ਨੇ ਉਹਨਾਂ ਨੂੰ ਵੀ ਦੱਸਣਾ ਚਾਹੁੰਦਾ ਸਾਡੇ ਬੱਚੇ ਰਹਿ ਗਏ ਸਿੱਖਾਂ ਕੋਲ ਇੱਕ ਜਾਂ ਦੋ ਕਿਉਂਕਿ ਅਸੀਂ ਰੂੜਮਤੀ ਨਹੀਂ ਹੈਗੇ ਅਸੀਂ ਅਗਾਂਹ ਵਧੂ ਹੈ ਅਸੀਂ ਪੰਜ ਸੱਤ ਸੱਤ ਜਵਾਕ ਸਾਨੂੰ ਪਤਾ ਜੀ ਅਸੀਂ ਅਫੋਰਡ ਨਹੀਂ ਕਰ ਸਕਦੇ ਅਸੀਂ ਜੰਮਦੇ ਵੀ ਨਹੀਂ ਅੱਧੇ ਸਾਡੇ ਨਸ਼ਿਆਂ ਨੇ ਬੱਚੇ ਨਪੁੰਸਕ ਕਰਤੇ ਉਹਨਾਂ ਦੇ ਬੱਚੇ ਨਹੀਂ ਹੋਣੇ ਜਿਨ੍ਹਾਂ ਦੇ ਹੋ ਗਏ ਉਹਨਾਂ ਦੇ ਇੱਕ ਕੁੜੀ ਆ ਇੱਕ ਮੁੰਡਾ ਜਾਂ ਦੋ ਮੁੰਡੇ ਜਾਂ ਦੋ ਕੁੜੀਆਂ ਜਾਂ ਇੱਕ ਮੁੰਡਾ ਇੱਕ ਕੁੜੀ ਦੋਵਾਂ 'ਚੋਂ ਇੱਕ ਅੱਧਾ ਜੇ ਨਸ਼ਿਆਂ 'ਚ ਪੈ ਗਿਆ ਜਾਂ ਫੁਕਰਪੰਥੀ 'ਚ ਕੋਈ ਐਕਸੀਡੈਂਟ 'ਚ ਮਾਰਿਆ ਗਿਆ ਰਹਿ ਗਿਆ ਇੱਕ ਅਤੇ ਸਾਡੇ ਤਾਂ ਅੱਗੇ ਜਨਰੇਸ਼ਨ ਹੀ ਹੈ ਨਹੀਂ ਅਤੇ ਅੱਧੀ ਜਨਰੇਸ਼ਨ ਨੂੰ ਜੇ ਮੇਰੇ ਵਰਗਾ ਮੈਂ ਅੱਜ ਚਾਹਾਂ ਤੱਤੇ ਭਾਸ਼ਣ ਪਿਛਲੇ ਇਤਿਹਾਸ 'ਚੋਂ ਕੱਢ ਕੇ ਸਿੱਖ ਕੌਮ ਦੇ ਅੱਜ ਸਿੱਟਾਂ ਇਹਦੇ 'ਤੇ ਸੋਸ਼ਲ ਮੀਡੀਆ 'ਤੇ ਜੱਸੀ ਕਰਾ ਦੂੰ ਸਾਰੇ ਪਾਸੇ ਹਾਂ ਹਾਂ ਸੱਚੀ ਗੱਲ ਹੈ ਹਾਂ ਬਈ ਕਿਉਂਕਿ ਸਾਡੀ ਕੌਮ ਭਾਵੁਕ ਵੀ ਹੈ ਅਤੇ ਜ਼ਰੂਰਤ ਤੋਂ ਕਾਹਲੀ ਵੀ ਹੈ ਇਹਨਾਂ ਨੂੰ ਬਸ ਇੱਕੋ ਹੀ ਕੰਮ ਹੈ ਕੱਢ ਲਓ ਕਿਰਪਾਨਾਂ 'ਤੇ ਲਾ ਦਿਓ ਵੀ ਭਲੇ ਸੋਨਿਹਾਲ ਮੇਰੀ ਇਹ ਜ਼ਿੱਦ ਹੈ ਕਿ ਪਰਵਾਹ ਮੈਂ ਆਪਣੀ ਕੌਮ ਬਚਾਉਣੀ ਹੈ ਮੈਂ ਅਸੀਂ ਸਾਡੀ ਕੌਮ ਅਫੋਰਡ ਹੀ ਨਹੀਂ ਕਰ ਸਕਦੀ ਫੁਕਰ ਪਾਉਣਾ ਸਾਡੀ ਕੌਮ ਅਫੋਰਡ ਨਹੀਂ ਕਰ ਸਕਦੀ ਜੇ ਸਾਡੇ ਅੱਗੇ ਬੱਚੇ ਹੀ ਨੇ ਰਹੇ ਉਹ ਬਾਈ ਤੁਹਾਨੂੰ ਬਾਹਰ ਲਿਆਉਣੇ ਤਾਂ ਕਿਸੇ ਨੇ ਮਾਰਿਆ ਹੀ ਨਹੀਂ ਤੁਸੀਂ ਤਾਂ ਤੱਤੇ ਭਾਸ਼ਣ ਦੇ ਕੇ ਆਪਣੇ ਆਪ ਹੀ ਮਰਵਾ ਤੇ ਹਾਲੇ ਜਿਹੜੇ ਪੁਰਾਣੇ ਤੁਹਾਡੇ ਬੰਦੀ ਸਿੰਘ ਨੇ ਉਹ ਜੇਲ੍ਹਾਂ 'ਚੋਂ ਬਾਹਰ ਨਹੀਂ ਆਏ ਨਵਾਂ ਯੂਥ ਤੁਸੀਂ ਤੱਤੇ ਭਾਸ਼ਣ ਦੇ ਕੇ ਅੰਦਰ ਵਾੜ ਦਿਓ ਫਿਰ ਪਿੱਟੀ ਜਾਓ ਅਸੀਂ ਇਹਨਾਂ ਲਈ ਜਦੋਂ ਸਾਰੀ ਉਮਰ ਉਹਨਾਂ ਨੂੰ ਜੇਲ੍ਹਾਂ 'ਚੋਂ ਹੀ ਕਢਾਉਂਦੇ ਰਹਿਣਾ ਕਦੀ ਕਿਸੇ ਨੂੰ ਅਫਸਰ ਬਣਾਉਣਾ IAS PCS ਕਦੀ ਉਹਨਾਂ ਨੂੰ ਪੜ੍ਹਾਈ ਦੇ ਰਾਹ 'ਤੇ ਤੋਰਨਾ ਕਦੀ ਉਹਨਾਂ ਨੂੰ ਤਰੱਕੀਆਂ ਦੇ ਰਾਹ 'ਤੇ ਤੋਰਨਾ ਕਦੀ ਉਹਨਾਂ ਨੂੰ ਸਿਖਾਉਣਾ ਕਿ ਭਾਈ ਆ ਜਿਹੜੀ ਪੱਗ ਹੈ ਤੇਰੀ ਇਹ ਬਹੁਤ ਵੱਡੀ ਜ਼ਿੰਮੇਵਾਰੀ ਹੈ ਜਦੋਂ ਅਸੀਂ ਉਹਨਾਂ ਨੂੰ ਆਪ ਹੀ ਮੌਤ ਦੇ ਰਾਹ 'ਤੇ ਧੱਕਣ ਨੂੰ ਫਿਰਦੇ ਹਾਂ ਇਹ ਸਿਰ ਵਾਰਨ ਲਈ ਨਹੀਂ ਹੈ ਇੰਨੇ ਤਾਂ ਸਿਰ ਵਾਰਤੇ ਯਾਰ ਤਾਂ ਸਾਡੀ ਕਦਰ ਨਹੀਂ ਪਈ ਜੇ ਅਸੀਂ ਅੱਜ ਸਿਰ ਵਰਤ ਲਈਏ ਇਹ ਸਭ ਤੋਂ ਵੱਡੀ ਦੇਣ ਹੋਊਗੀ ਸਾਡਾ ਗਿਫਟ ਹੋਊਗਾ ਦਸਮ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਜੀ ਨੂੰ ਕਿ ਸਾਡੀ ਕੌਮ ਨੇ ਹੁਣ ਸਿਰ ਵਰਤਣਾ ਸ਼ੁਰੂ ਕੀਤਾ ਉਹ ਕਹਿੰਦਾ ਯਾਰ ਜਦੋਂ ਸਾਡੇ ਦੇਖੋ ਬਜ਼ੁਰਗਾਂ ਨੇ
ਆਪਣਾ ਆਪ ਵਾਰਿਆ, ਆਪਣੇ ਬੱਚੇ ਵਾਰੇ, ਆਪਣੇ ਪਿਤਾ ਮਾਤਾ ਸਭ ਵਾਰਤੇ, ਕੀ ਉਹਨਾਂ ਦੀਆਂ ਸ਼ਹੀਦੀਆਂ ਪ੍ਰਾਪਤ ਨਹੀਂ ਕਿ ਹੁਣ ਤੁਸੀਂ ਫਿਰ ਤੁਰੇ ਰਹੋ, ਕੋਲਾ ਸਿੱਟੀ ਜਾਓ ਆਪਣੀਆਂ ਸ਼ਹੀਦੀਆਂ ਦਾ ਦੇ ਦੇ ਕੇ? ਕਿਤੇ ਰੁਕਣਾ ਹੈ? ਕੌਮ ਬਚਾਉਣੀ ਹੈ, ਸਾਡੀ ਜਿੱਦ ਹੈ। ਮੈਂ ਤਾਂ ਮੇਰੀ ਤਾਂ ਇਹ ਹੈ, ਜਿਹੜਾ ਕੋਈ ਤੱਤਾ ਭਾਸ਼ਣ ਦਿੰਦਾ ਮੈਨੂੰ ਇਹ ਨਹੀਂ, ਮੈਂ ਕਹਿੰਦਾ ਅਕਲ ਦੇ ਜੇ ਦੇਣੀ ਹੈ ਕੌਮ ਨੂੰ। ਤੱਤਾ ਭਾਸ਼ਣ ਦੇ ਕੇ ਤਾਂ ਬਾਈ ਕੋਈ ਵੀ ਬੰਦਾ ਸਟਾਰ ਬਣ ਜਾਂਦਾ, ਪਰ ਨੁਕਸਾਨ ਹੁੰਦਾ ਕੌਮ ਦਾ। ਅਤੇ ਜਿਹੜੀ ਪਹਿਲਾਂ ਹੀ ਇੰਨੀ ਕੁ ਰਹਿ ਗਈ ਕੌਮ, ਇਹਨੂੰ ਹੁਣ ਇੰਨੀ ਕੁ ਕਰ ਦੇਣਾ, ਤੁਹਾਡੇ ਪੱਲੇ ਕੱਖ ਨੂੰ ਤੁਹਾਨੂੰ ਐਂ ਹੂੰਝ ਕੇ ਮਾਰਨਾ ਅਗਲਿਆਂ ਨੇ ਬਾਹਰ। ਬਾਈ ਤੁਸੀਂ ਲਾਈਵ ਹੁੰਦੇ ਹੋ, ਮੌਜੂਦਾ ਸਰਕਾਰ ਦੇ ਮਤਲਬ ਤੁਸੀਂ ਬਹੁਤ ਉਹਨਾਂ ਦੇ ਕੱਚੇ ਚਿੱਠੇ ਫਰੋਲਦੇ ਹੋ, ਅਤੇ ਕਿਤੇ ਡਰ ਨਹੀਂ ਲੱਗਦਾ? ਸਰਕਾਰ ਆ ਭਾਈ ਅਗਲਿਆਂ ਦੀ, ਡਰ ਨਹੀਂ ਲੱਗਦਾ ਜੱਸੀ ਨੂੰ? ਬਾਈ ਜੀ ਜਦੋਂ ਬਾਦਲਾਂ ਦੀ ਸਰਕਾਰ ਸੀ, ਉਹਨਾਂ ਨੂੰ ਤਾਂ ਲੋਕ ਕਹਿੰਦੇ ਆ ਨਾ ਵੀ ਉਹਨਾਂ ਦੇ ਰਾਜ 'ਚ ਮਾਫੀਆ ਬਹੁਤ ਪਣਪਿਆ, ਗੁੰਡਾਗਰਦੀ ਆਪਣੇ ਅਤੇ ਡਰੱਗ, ਹੋਰ ਪੁੱਠੇ ਕੰਮ, ਧੱਕਾ ਆਹ ਦੱਬ ਲਿਆ ਉਹ ਦੱਬ ਲਿਆ, ਵੀ ਪੂਰਾ ਜ਼ੋਰਾਂ 'ਤੇ ਸੀ, ਆਹੀ ਕਹਿੰਦੇ ਸੀ। ਜਦੋਂ ਉਸ ਪਰਮਾਤਮਾ ਨੇ ਉੱਥੇ ਜਾਣ ਦੀ ਬਲ ਬਖਸ਼ਿਆ ਬਠਿੰਡੇ ਇਲੈਕਸ਼ਨ ਲੜਨ ਦਾ, ਜੇ ਉੱਥੇ ਬਚਾ ਲਿਆ ਆ ਪਰਮਾਤਮਾ, ਤਾਂ ਮੈਂ ਕਹਿੰਦਾ ਜਦੋਂ ਸਵਾਸ ਨਿਕਲਣੇ ਉਹ ਨਿਕਲ ਹੀ ਜਾਣੇ ਆ। ਇੱਥੇ ਪਤਾ ਨਹੀਂ ਮੇਰੀ ਫੇਸਬੁੱਕ 'ਤੇ ਕਿੰਨੇ ਧਮਕੀਆਂ ਦਿੰਦੇ ਆ, ਤੈਨੂੰ ਦੇਖ ਲਾਂਗੇ ਅੱਜ ਤੂੰ ਬਚ ਗਿਆ, ਤੈਨੂੰ ਕਹੋ ਮੈਂ ਕਿਹਾ ਯਾਰ ਬਾਈ, ਮੈਂ ਜਿਹੜਾ ਬੰਦਾ ਸਿਵਿਆਂ 'ਚ ਖੜ ਕੇ ਗਾਣੇ ਗਾਉਂਦਾ ਹੋਵੇ ਨਾ, ਉਹਨੂੰ ਇਹ ਨਹੀਂ ਦਿਖਾਈਦਾ ਹੁੰਦਾ ਤੈਨੂੰ ਮਾਰ, ਫਿਰ ਕੀ ਹੋ ਜੂ? ਜੇ ਤਾਂ ਮੈਨੂੰ ਡਰ ਹੁੰਦਾ ਮੌਤ ਦਾ, ਫਿਰ ਤਾਂ ਮੈਂ ਤੁਹਾਨੂੰ ਕਮਰਸ਼ੀਅਲੀ ਉਹ ਸੌਦਾ ਵੇਚਦਾ ਜਿਹਦੇ ਨਾਲ ਮੇਰਾ ਟੱਬਰ ਉਹ ਹੁੰਦਾ ਅਤੇ ਤੁਹਾਡੀਆਂ ਜਨਰੇਸ਼ਨਸ ਮਰਦੀਆਂ। ਮੈਂ ਤੁਹਾਨੂੰ ਉਹ ਸੌਦਾ ਦਿੰਦਾ ਜਿਹਦੇ 'ਚ ਮੇਰਾ ਟੱਬਰ ਰੁਲ ਜਾਂਦਾ ਅਤੇ ਤੁਹਾਡੇ ਟੱਬਰ ਬਚਾਉਣ ਦੀ ਜਿੱਦ ਹੈ ਮੇਰੀ। ਸੋ ਡਰ ਕਾਹਦਾ ਬਾਈ ਜੀ, ਮੌਤ ਇੱਕ ਵਾਰੀ ਆਉਣੀ ਹੈ। ਤੁਸੀਂ ਗੱਲ ਕੀਤੀ ਆ ਵੀ ਧਮਕੀਆਂ ਦਿੰਦੇ ਆ ਲੋਕ, ਲਾਈਵ ਥੱਲੇ ਗਾਲਾਂ ਵੀ ਕੱਢਦੇ ਆ, ਅਤੇ ਕੀ ਸਾਡੀ ਕੌਮ ਉਹ ਦਿਨ ਭੁੱਲ ਜਾਂਦੀ ਹੈ ਜਦੋਂ ਜੱਸੀ ਜਸਰਾਜ ਨੇ ਤੇਜ਼ਾਬ ਗਾਣਾ ਗਾ ਕੇ 84 ਪੀੜਤਾਂ ਲਈ ਹਾਂ ਦਾ ਨਾਅਰਾ ਮਾਰਿਆ ਸੀ, ਅਤੇ ਉਹ ਸਭ ਤੋਂ ਕਠਿਨ ਟਾਈਮ ਸੀ, ਉਦੋਂ ਕੋਈ ਆਵਾਜ਼ ਨਹੀਂ ਚੱਕਦਾ ਸੀ, 84 ਪੀੜਤਾਂ ਦੀ ਗੱਲ ਨਹੀਂ ਕਰਦਾ ਸੀ, ਜੇ ਕੋਈ ਕਰਦਾ ਸੀ ਤਾਂ ਉਹਦੇ 'ਤੇ ਜਾਂ ਤਾਂ ਸੈਂਟਰ ਸਰਕਾਰ ਵੱਲੋਂ ਸਿਕੰਜੇ ਕਸੇ ਜਾਂਦੇ ਸੀ ਜਾਂ ਰੇਡਾਂ ਵੱਜਦੀਆਂ ਸੀ, ਅਤੇ ਜਾਂ ਉਹਦੇ ਕੰਨਾਂ ਨੂੰ ਹੱਥ ਲਵਾਇਆ। ਪੱਤਰਕਾਰ ਵੀ ਕੁੱਟੇ ਗਏ ਉਹਨਾਂ ਦਿਨਾਂ ਦੇ ਵਿੱਚ, ਤੁਹਾਨੂੰ ਯਾਦ ਹੋਣਾ, ਕਾਫੀ ਮਸ਼ਹੂਰ ਪੱਤਰਕਾਰ ਸੀ ਮੋਹਾਲੀ ਦੇ, ਉਹ ਵੀ ਕੁੱਟੇ ਗਏ। ਅਤੇ ਤੁਹਾਨੂੰ ਕੀ ਲੱਗਦਾ ਕਿ ਅੱਜ ਸਾਡੀ ਕੌਮ ਉਹੀ ਤੁਹਾਨੂੰ ਗਾਲਾਂ ਕੱਢ ਰਹੀ ਆ, ਕਿ ਸਾਡੀ ਕੌਮ ਦਾ ਇੰਨਾ ਯਾਦਾਸ਼ ਇੰਨੀ ਛੋਟੀ ਕਿਉਂ ਆ, ਤੁਹਾਨੂੰ ਕੀ ਲੱਗਦਾ? ਇਹ ਕੌਮ ਸਗੀ ਕਿਹਦੀ ਹੈ? ਇਹ ਜਿਹੜੇ ਕਮੈਂਟ ਕਰਨ ਵਾਲੇ ਹੈ, ਅੱਧੇ ਤੋਂ ਜ਼ਿਆਦਾ ਤਾਂ ਆਮ ਆਦਮੀ ਪਾਰਟੀ ਦੇ ਉਹ ਹੈ ਜਿਹੜੇ ਮੇਰੇ ਵਲੰਟੀਅਰ ਰਹੇ ਹੈ ਜਦੋਂ ਮੈਂ ਉੱਥੇ ਲੀਡਰ ਸੀ। ਉਹ ਵਿਚਾਰੇ ਮੈਨੂੰ ਦੱਸ ਦਿੰਦੇ, ਕਹਿੰਦੇ ਬਾਈ ਮਜਬੂਰੀ ਆ, ਸਾਡੇ ਕਮੈਂਟ ਚੈੱਕ ਹੁੰਦੇ ਆ, ਤੂੰ ਨਹੀਂ ਪਾਇਆ ਹੋਏ? ਕਹਿੰਦਾ ਸੀ ਪਹਿਲਾਂ ਕਮੈਂਟ, ਸਾਨੂੰ ਆਰਡਰ ਹੈ ਇਹਨਾਂ ਵੱਲੋਂ ਵੀ ਪਹਿਲਾਂ ਜੱਸੀ ਜਦੋਂ ਲਾਈਵ ਹੋਵੇ ਪਹਿਲਾਂ ਕਮੈਂਟ ਲਿਖ ਕੇ ਰੱਖਣੇ ਆ। ਕਹਿੰਦਾ ਝੜੀ ਲਾ ਦਿਓ ਗਾਲਾਂ ਕੱਢਣ ਵਾਲੀ, ਔਰ ਇਹ ਗਾਲਾਂ ਕੱਢਣ ਦਾ ਜਿਹੜਾ ਚਲਨ ਹੈ ਸ਼ੁਰੂ ਆਮ ਆਦਮੀ ਪਾਰਟੀ ਨੇ ਕੀਤਾ, ਅਤੇ ਅਰਵਿੰਦ ਕੇਜਰੀਵਾਲ ਨੇ ਕੀਤਾ। ਭਗਵੰਤ ਮਾਨ ਸ਼ਹੀਦ ਭਗਤ ਸਿੰਘ ਜੀ ਦੀ ਪੱਗ ਜ਼ਰੂਰ ਬੰਨਦਾ ਬਾਈ ਜੀ, ਤੁਹਾਨੂੰ ਅੱਜ ਵੀ ਦੱਸਦਾ, ਲਿਖ ਕੇ ਰੱਖ ਲਿਓ ਮੇਰੀ ਇਹ ਗੱਲ, ਅਗਰ ਕੋਈ ਦਾਗ ਸਭ ਤੋਂ ਵੱਧ ਲਾ ਕੇ ਜਾਊਗਾ ਤਾਂ ਇਹ ਬਾਈ ਲਾ ਕੇ ਜਾਊਗਾ। ਪਰ ਇੱਕ ਚੀਜ਼ ਹੋਰ ਦੱਸੋ, ਪਹਿਲਾਂ ਤੁਸੀਂ ਛੋਟੂ ਨਾਲ ਪੰਗਾ ਪਾਇਆ, ਕੰਟਰੋਵਰਸੀ ਹੋਈ, ਫਿਰ ਤੁਸੀਂ ਨਾਟ ਗੈਰਾਂ ਨਾਲ ਪੰਗਾ ਪਾ ਲਿਆ, ਅਤੇ ਅੱਜ ਤੁਸੀਂ ਉਸੇ ਨਾਟ ਗੈਰਾਂ ਦੇ ਗੀਤ ਨੂੰ ਵਧੀਆ ਕਹਿ ਰਹੇ ਹੋ। ਲੋਕ ਕਹਿ ਰਹੇ ਅੱਜ ਜੱਸੀ ਦਾ ਕੋਈ ਸਟੈਂਡ ਨਹੀਂ ਆ, ਕੀ ਕਹਿਣਾ ਚਾਹੋਗੇ ਸਟੈਂਡ ਦੇ ਬਾਰੇ ਅਤੇ ਨਾਟ ਗੈਰਾਂ ਦੇ ਅੱਜ ਦੇ ਨਵੇਂ ਗਾਣੇ ਬਾਰੇ? ਅੱਜ ਤੁਸੀਂ ਉਹਦੇ ਹੱਕ 'ਚ ਖੜ੍ਹੇ ਦਿਖੇ ਹੋ ਸਾਨੂੰ। ਮੈਂ ਉਹਦੇ ਹੱਕ 'ਚ ਨਹੀਂ ਖੜ੍ਹਿਆ ਦਿਖਿਆ ਜੀ, ਲੋਕ ਨਾ ਕਈ ਵਾਰੀ ਇਹ, ਕਿਉਂਕਿ ਬਹੁਤੇ ਲੋਕ ਜਿਹੜੇ ਕਮੈਂਟ ਕਰਨ ਵਾਲੇ ਹੈ, ਦੇ ਡੋਂਟ ਯੂਜ਼ ਦੇਅਰ ਬ੍ਰੇਨਸ, ਕਿ ਗੱਲ ਕਹੀ ਕੀ ਜਾ ਰਹੀ ਹੈ, ਉਹ ਧਿਆਨ ਨਾਲ ਨਹੀਂ ਸੁਣਦੇ। ਮੈਂ ਆਮ ਆਦਮੀ ਪਾਰਟੀ ਦੇ ਜਿਹੜੇ 91 ਲੋਕ ਜਿਹੜੇ ਪਿਛਲੇ ਇੱਕ ਮਹੀਨੇ ਤੋਂ ਜਦੋਂ ਰਾਜ ਸਭਾ ਦੀਆਂ ਸੀਟਾਂ ਸਿਫਾਰਸ਼ੀ ਲੋਕਾਂ ਨੂੰ ਦਿੱਤੀਆਂ, ਉਦੋਂ 91 MLA 'ਚੋਂ ਇੱਕ ਵੀ ਨਹੀਂ ਬੋਲਿਆ ਕੋਈ, ਇੱਕ ਬੰਦਾ ਦੱਸੋ ਜਿਹਨੇ ਬੋਲਿਆ ਹੋਵੇ। ਜਦੋਂ ਪੰਜਾਬ ਦੇ ਨਾਲ ਹੋਰ ਲੰਬੀ ਕਿਸਾਨਾਂ 'ਤੇ ਅੱਤਿਆਚਾਰ ਹੋਇਆ ਪਹਿਲੇ ਮਹੀਨੇ 'ਚ ਹੀ ਇਹਨਾਂ ਦੇ, ਉਦੋਂ ਕੋਈ ਇਹਨਾਂ 91 'ਚੋਂ ਕੋਈ ਬੋਲਿਆ? ਕਿੰਨੇ ਐਸੇ ਮੁੱਦੇ ਰਹੇ ਜਦੋਂ ਲੋਕ ਮੀਥੇਅਰ ਦੇ ਘਰ ਦੇ ਬਾਹਰ ਬੈਠੇ ਸੀ, ਉਹਦੇ 'ਤੇ ਕਹਿੰਦੇ ਜੀ ਪਰਚੇ ਦਰਜ ਕਰਾਵਾਂਗੇ, ਕੋਈ 91 ਦੇ ਵਿੱਚੋਂ ਬੋਲਿਆ? ਜਦੋਂ ਇਹਨੇ ਮੂਸੇ ਨੇ ਆਹ ਗਾਣਾ ਕੱਢਿਆ ਸਕੇਪ ਗੋਟ, ਸਾਰੇ ਇਹ ਸਾਰਿਆਂ ਨੂੰ ਇੱਕੋ ਦਮ, ਇਹਨਾਂ ਦਾ ਮੰਤਰੀ ਇਕੱਲਾ ਹਰਜੋਤ ਬੈਂਸ ਮੰਤਰੀ, ਇਹਨਾਂ ਦਾ ਇੱਕ ਭੁੱਲਰ ਮੰਤਰੀ, ਸਾਰੇ ਕਹਿਣ ਲੱਗ ਪਏ ਕਹਿੰਦੇ ਤੇਰੇ 'ਤੇ ਨਾ ਹੁਣ ਉਹ ਫਰਾਣਾ 47 ਵਾਲਾ ਕੇਸ ਖੋਲਾਂਗੇ, AK-47 ਵਾਲਾ। ਤਾਂ ਜੱਸੀ ਜਸਰਾਜ ਬੋਲਿਆ ਵੀ ਭਾਈ ਇੱਕ ਐਸੀ ਕੀ ਤਕਲੀਫ ਹੋ ਗਈ,
ਜਦੋਂ ਵੋਟਾਂ ਤੋਂ ਪਹਿਲਾਂ ਮੂਸੇ ਵਾਲਾ ਇਹ ਗਾਣੇ ਗਾਉਂਦਾ ਸੀ ਜਦੋਂ ਕਾਂਗਰਸ 'ਚ ਨਹੀਂ ਸੀ ਗਾਉਂਦਾ ਸੀ ਉਦੋਂ ਭਗਵੰਤ ਮਾਨ ਸਮੇਤ ਇਹਨਾਂ 'ਚੋਂ 91 ਦੇ 91 ਹੋਰ ਕੱਢ ਲਓ ਇੱਕ ਬੰਦੇ ਦਾ ਬਿਆਨ ਦਿਖਾ ਦਿਓ ਮੂਸੇ ਵਾਲੇ ਦੇ ਵਿਰੁੱਧ ਜਦੋਂ ਉਹਨੇ ਕਿਹਾ ਸੀ ਜੱਟ ਉੱਤੇ ਕੇਸ ਜਿਹੜਾ ਸੰਜੇ ਦੱਤ 'ਤੇ ਇੱਕ ਦਾ ਬਿਆਨ ਦਿਖਾ ਦਿਓ ਕਦੀ ਵਿਰੋਧ ਕੀਤਾ ਹੋਵੇ ਉਦੋਂ ਉਹ ਬੜੀ ਸੱਭਿਅਕ ਭਾਸ਼ਾ ਵਰਤਦਾ ਸੀ ਗੀਤਾਂ 'ਚ ਉਦੋਂ ਉਹ ਯੂਥ ਨੂੰ ਭੜਕਾਉਂਦਾ ਨਹੀਂ ਸੀ ਉਹ ਯੂਥ ਨੂੰ ਜਿਹੜੀ ਸੁੱਕੀ ਘਾਹ ਆ ਕੀ ਉਹਦੇ 'ਤੇ ਮਾਚਿਸ ਨਹੀਂ ਸੀ ਸਿੱਟਦਾ ਆਪਣੇ ਸ਼ਬਦਾਂ ਦੇ ਆਪਣੇ ਗੀਤਾਂ ਰਾਹੀਂ ਉਸ ਤੋਂ 10 ਦਿਨ ਪਹਿਲਾਂ ਜਿੱਦਣ ਇਹਨੇ ਸਕੇਪ ਗੋਟ ਗਾਣਾ ਰਿਲੀਜ਼ ਕੀਤਾ ਇਹਦਾ ਗਾਣਾ ਆਇਆ ਸੀ ਹੁਣ ਮੈਂ ਉਹਦਾ ਨਾਂ ਵੀ ਨਹੀਂ ਲੈ ਸਕਦਾ 10 ਦਿਨ ਪਹਿਲਾਂ ਉਹਦਾ ਟਾਈਟਲ ਦੇਖ ਲਿਓ ਸਨੀ ਮਾਲਟਨ ਨਾਲ ਉਹ ਐਡਾ ਗੰਦਾ ਟਾਈਟਲ ਸੀ ਪਰ ਉਹਦਾ ਸੁਣਿਆ ਉਹ ਨਹੀਂ ਸੁਣਿਆ ਕਿਸੇ ਭੁੱਲਰ ਨੇ ਇਹਨਾਂ ਦੇ ਮੰਤਰੀ ਨੇ ਆਮ ਆਦਮੀ ਪਾਰਟੀ ਦੇ ਨੇ ਕਿ ਹਰਜੋਤ ਮੈਂਸ ਅਤੇ ਹੋਰ ਜਿਹੜੇ ਬੰਦੇ ਬੋਲੇ 91 ਜਿਹੜੇ ਬੁੱਲਾਂ 'ਤੇ ਜਿੱਪ ਲਾ ਕੇ ਬੈਠੇ ਸੀ ਨੌਟੰਕੀ ਗੂੰਗੇ ਕਹਿਣਾ ਮੈਂ ਇਹਨਾਂ ਨੂੰ ਅਲੀ ਬਾਬਾ ਅਤੇ 91-92 ਨੌਟੰਕੀ ਗੂੰਗੇ ਇਹ ਸਾਰੇ ਚੁੱਪ ਕਰਕੇ ਬੈਠੇ ਸੀ ਉਦੋਂ ਜਦੋਂ 10 ਦਿਨ ਪਹਿਲਾਂ ਤੁਹਾਡੀ ਸਰਕਾਰ ਬਣਨ ਤੋਂ ਬਾਅਦ ਉਹਨੇ ਉਹ ਗਾਣਾ ਕੱਢਿਆ ਟਾਈਟਲ ਵਾਲਾ ਉਦੋਂ ਨਹੀਂ ਤੁਹਾਨੂੰ ਲੱਗਿਆ ਵੀ ਇਹ ਕਿਹੜਾ ਟਾਈਟਲ ਹੈ ਐਡਾ ਗੰਦਾ ਸਿਰਫ ਕਿਉਂਕਿ ਇਸ ਗਾਣੇ ਦੇ ਵਿੱਚ ਉਹਨੇ ਕਿਹਾ ਰਾਜ ਸਭਾ ਬਾਰੇ ਜ਼ਿੰਮੇਵਾਰ ਕੌਣ ਠੀਕ ਹੈ ਉਹਨੇ ਕਿਹਾ ਜਦੋਂ ਜਨਾਨੀ ਨਾ ਸੰਭਲੀ ਤਾਂ ਪਤਾ ਨਹੀਂ ਮੱਤਾਂ ਦਿੰਦਾ ਨਾ ਮੈਨੂੰ ਪਤਾ ਨਹੀਂ ਇੱਦਾਂ ਦਾ ਕੁਛ ਇਹ ਤੁਹਾਡੇ ਐਸੀ ਸੱਟ ਕਿਉਂ ਲੱਗ ਗਈ ਇੰਨੀ ਇੱਕੋਦਮ ਤੁਹਾਡੇ ਕੀ ਸੱਤੀ ਕੱਪੜੀ ਅੱਗ ਲੱਗ ਗਈ ਕਿ ਸਾਰੇ ਇੱਕੋਦਮ ਸ਼ੁਰੂ ਹੋ ਗਏ ਤੁਸੀਂ 91-92 ਜਿਵੇਂ ਜਿੱਪ ਖੋਲੀ ਪਟਰ ਪਟਰ ਪੌਂ ਪੌਂ ਪੈਂ ਪੈਂ ਬਹੁ ਬਹੁ ਸਾਰੇ ਸ਼ੁਰੂ ਹੋ ਗਏ ਇਸ ਗੱਲ ਦਾ ਵਿਰੋਧ ਆ ਮੈਂ ਮੂਸੇ ਵਾਲੇ ਨੂੰ ਜਿਹੜੀ ਕੋਈ ਚੰਗੀ ਗੱਲ ਕਹੀ ਉਹਨੇ ਉਹਦੇ 'ਚ ਦੇਖੋ ਉਹਨੇ ਜੇ ਗੱਲ ਕਹੀ ਕਿ ਜੇ ਕਾਂਗਰਸ ਮਾੜੀ ਸੀ ਤਾਂ 3 ਵਾਰ ਜਿਤਾਈ ਕਿਹਨਾਂ ਨੇ ਤਾਂ ਉਹਨੇ ਸਵਾਲ ਕੀਤਾ ਲੋਕਾਂ ਨੂੰ ਅਤੇ ਯਾਰ ਮੈਂ ਵੀ ਕਲਾਕਾਰ ਹਾਂ ਮੈਂ ਰਾਈਟਰ ਹਾਂ ਅਗਰ ਮੈਂ ਉਸ ਗੱਲ ਦੀ ਉਹਦੀ ਅਗਰ ਕੋਈ ਚੰਗੀ ਗੱਲ ਹੈ ਜੇ ਮੈਂ ਕਹਿੰਦਾ ਯਾਰ ਗੱਲ ਤਾਂ ਇਹ ਵੀ ਲੋਕਾਂ ਨੂੰ ਵੀ ਸ਼ੀਸ਼ਾ ਦਿਖਾਈਏ ਕਿ ਕੀ ਤੁਸੀਂ ਗੁਨਾਹਗਾਰ ਨਹੀਂ ਹੈਗੇ ਜੇ ਕਾਂਗਰਸ ਮਾੜੀ ਸੀ ਤਾਂ ਫਿਰ 3 ਵਾਰ ਜਿਤਾਈ ਕਿਉਂ ਜੇ 84 ਦਾ ਕਤਲੇਆਮ ਕੀਤਾ ਸੀ ਤਾਂ 3 ਵਾਰ ਜਿਤਾਈ ਕਿਉਂ ਵੋਟਾਂ ਕਿਹਨੇ ਪਾਈਆਂ ਤੁਸੀਂ ਪਾਈਆਂ ਫਿਰ ਤੁਹਾਡੇ 'ਤੇ ਦੋਸ਼ ਨਹੀਂ ਆਊਗਾ ਕੋਈ ਸਿਰਫ ਉਹਨੂੰ ਮਾੜਾ ਕਹਿਣਾ ਜਿਹੜਾ ਕੋਈ ਕੰਮ ਕਰ ਰਿਹਾ ਉਹਦੇ ਕਈ ਗੱਲਾਂ ਨੇ ਜਿਹੜੀਆਂ ਉਹਨੇ ਬੰਦੇ ਨੇ ਵਧੀਆ ਕਹੀਆਂ ਮੈਂ ਉਹਨਾਂ ਵਧੀਆ ਗੱਲ ਨੂੰ ਵਧੀਆ ਕਹਿ ਰਿਹਾ ਜਿਹੜਾ ਉਹਦੇ 'ਚ ਵੀ ਕੁਛ ਇੱਕ ਮਾੜਾ ਅੰਸ਼ ਹੈ ਉਹ ਲੋਕ ਉਹਨੂੰ ਨਿੰਦਣ ਪਰ ਇਹ ਆਮ ਆਦਮੀ ਪਾਰਟੀ ਜਿਹੜੀ ਵੋਟਾਂ ਤੋਂ ਪਹਿਲਾਂ ਨਹੀਂ ਬੋਲਦੀ ਕਿਉਂਕਿ ਮੂਸੇ ਵਾਲੇ ਦੇ ਪਿੱਛੇ ਵੋਟ ਬੈਂਕ ਸੀ ਤੁਹਾਨੂੰ ਵੋਟ ਬੈਂਕ ਪਿਆਰਾ ਸੀ ਪੰਜਾਬ ਅਤੇ ਪੰਜਾਬੀ ਭਾਸ਼ਾ ਨਾਲ ਭਗਵੰਤ ਮਾਨ ਅਤੇ ਇਹਨਾਂ ਸਾਰਿਆਂ 'ਚੋਂ ਕਿਸੇ ਨੂੰ ਕੋਈ ਲੈਣਾ ਦੇਣਾ ਨਹੀਂ ਸੀ ਕਿਉਂਕਿ ਜੇ ਲੈਣਾ ਦੇਣਾ ਹੁੰਦਾ ਤੁਸੀਂ ਬੋਲਦੇ ਇਹਦਾ ਮਤਲਬ ਵੋਟਾਂ ਲਈ ਸਿਰਫ ਤੁਹਾਨੂੰ ਪੰਜਾਬ ਅਤੇ ਪੰਜਾਬੀ ਭਾਸ਼ਾ ਦੀ ਯਾਦ ਆਈ ਹੈ ਹੁਣ ਤੁਸੀਂ ਜਦੋਂ ਉਹਨੇ ਆਹ ਗਾਣਾ ਕੱਢਿਆ ਅਤੇ ਕਹਿੰਦੇ ਜੀ ਅਸੀਂ ਤੇਰਾ AK-47 ਵਾਲਾ ਗਾਣਾ ਤੇਰਾ ਕੇਸ ਖੋਲ੍ਹ ਦਾਂਗੇ ਇਹਦਾ ਮਤਲਬ ਤੁਸੀਂ ਕਲਮ ਨੂੰ ਡਰਾ ਰਹੇ ਹੋ ਕੀ ਲੱਗਦਾ ਸੋਰੀ ਤੁਹਾਡੀ ਗੱਲ ਕੱਟਤੀ ਕੀ ਲੱਗਦਾ ਇਹਦੇ ਪਿੱਛੇ ਵੀ ਕੋਈ ਏਜੰਡਾ ਹੋ ਸਕਦਾ ਏਜੰਡਾ ਇਹੀ ਹੈ ਕਿ ਲੋਕਾਂ ਨੂੰ ਡਰਾਉਣਾ ਧਿਆਨ ਭਟਕਾਉਣਾ ਠੀਕ ਹੈ ਲੋਕਾਂ ਦਾ ਧਿਆਨ ਇੱਧਰ ਲਾ ਕੇ ਕਿ ਡਰਾ ਦਿਓ ਜੇ ਮੂਸੇ ਵਾਲਾ ਡਰ ਗਿਆ ਜੋ ਆਲਮੋਸਟ ਡਰ ਵੀ ਗਿਆ ਕਿਉਂਕਿ ਉਹ ਕਹਿੰਦਾ ਮੇਰਾ ਵੱਡਾ ਭਰਾ ਹੈ ਭਗਵੰਤ ਮਾਨ ਹੁਣ ਠੀਕ ਹੈ ਯੂ ਸਟੈਂਡ ਬਾਏ ਯੋਰ ਵਰਡਸ ਕਿਉਂਕਿ ਜੱਟ ਉੱਤੇ ਕੇਸ ਜਿਹੜਾ ਸੰਜੇ ਦੱਤ ਹੈ ਬਈ ਬਿਲਕੁਲ ਹੈ ਨਾ ਫਿਰ ਉਹ ਜੱਟ ਹੁਣ ਮੋਕ ਨਹੀਂ ਮਾਰੂਗਾ ਜੱਟ ਹੁਣ ਡਟੇ ਜੱਟ ਹੁਣ ਜੇ ਕਹਿ ਦਿੱਤੀ ਗੱਲ ਤਾਂ ਕਹਿ ਦਿੱਤੀ ਉਹਨੂੰ ਕਹਿ ਚੱਲ ਲਾ ਲਾ ਪਹੁੰਚਾ ਮੈਨੂੰ ਜੇਲ੍ਹ ਸੋ ਇਹ ਡਰਾ ਕਿਉਂ ਰਹੇ ਆ ਉਹਨੂੰ ਵੀ ਇਹਦਾ ਮਤਲਬ ਇਕੱਲੇ ਮੂਸੇ ਦੇ ਥਰੂ ਉਹ ਬਾਕੀ ਕਲਮਾਂ ਨੂੰ ਡਰਾ ਰਹੇ ਹੈ ਤਾਂ ਕਿ ਕਲਮਾਂ ਵਾਲੇ ਇਹਨਾਂ ਦੇ ਵਿਰੁੱਧ ਨਾ ਲਿਖਣ ਇਹ ਡਿਕਟੇਟਰਸ਼ਿਪ ਨਹੀਂ ਹੈ ਇੱਕ ਕੰਮ ਮਾਰ ਕੇ ਬਨੇਰੇ ਟੰਗਣਾ ਚਾਹੁੰਦੇ ਬਸ ਬਸ ਸਹੀ ਹੈ ਅਤੇ ਬਾਕੀ ਤੁਸੀਂ ਪਹਿਲਾਂ ਤੁਸੀਂ ਜਦੋਂ ਸਿਆਸਤ ਦੇ ਵਿੱਚ ਸ਼ੁਰੂ 'ਚ ਆਏ ਹੋ ਤਾਂ ਮੈਨੂੰ ਪਤਾ ਲੱਗਾ ਵੀ ਕਾਫੀ ਤੁਹਾਡੀ ਫੈਮਿਲੀ ਲਾਈਫ ਵੀ ਡਿਸਟਰਬ ਰਹੀ ਆ ਘੱਟ ਟੁੱਟਦਾ ਮਸਾ ਹੀ ਬਚਿਆ ਆਮ ਸਾਡੇ ਸੂਤਰਾਂ ਨੇ ਵੀ ਦੱਸਿਆ ਕਿ ਇਹ ਗੱਲ ਸੱਚ ਆ ਕਿੰਨੀ ਸੱਚ ਆ ਅਤੇ ਅੱਜ ਪਰਿਵਾਰ ਦੇ ਸਪੋਰਟ ਕਿਵੇਂ ਆ ਤੁਹਾਡੇ ਨਾਲ ਦੇਖੋ ਜਦੋਂ ਤੁਸੀਂ ਇਸ ਰਾਹ 'ਤੇ ਤੁਰੋਂਗੇ ਤਾਂ ਤੁਹਾਨੂੰ ਸਪੋਰਟ ਕਦੀ ਵੀ ਨਹੀਂ ਹੋ ਸਕਦੀ ਕਿਉਂਕਿ ਪਰਿਵਾਰ ਆਪਣਾ ਧਿਆਨ ਆਪਣਾ ਇੱਕ ਟਾਈਮ ਮੰਗਦਾ ਪਰਿਵਾਰ ਇੱਕ ਕਹਿੰਦੇ ਵੀ ਜਾਓ ਭਾਈ ਰੁਜ਼ਗਾਰ ਸਾਨੂੰ ਕੰਟੀਨਿਊਸ ਹੋਣਾ ਚਾਹੀਦਾ ਉਹ ਜਿਹੜਾ ਪੈਸਾ ਮੈਂ ਇੱਧਰ ਲਾਉਣਾ ਜਦੋਂ ਹੁਣ ਮੈਂ ਤੁਹਾਡੇ ਨਾਲ ਬੋਲ ਰਿਹਾ ਤਾਂ ਮੈਂ ਇਸ ਟਾਈਮ ਕੰਮ ਤਾਂ ਕੋਈ ਨਹੀਂ ਕਰ ਰਿਹਾ ਪ੍ਰੋਡਕਟੀਵਿਟੀ ਤਾਂ ਕੋਈ ਨਹੀਂ ਨਾ ਮੇਰੇ ਪਰਿਵਾਰ ਲਈ ਤਾਂ ਉਹ ਜਿਹੜਾ ਪਰਿਵਾਰ ਹੈ ਉਹ ਪਰਿਵਾਰ ਕਹਿੰਦਾ ਭਾਈ ਸਾਡੇ ਟਾਈਮ 'ਚੋਂ ਟਾਈਮ ਕੱਢ ਕੇ ਤੂੰ ਆਹ ਲੋਕਾਂ ਲਈ ਲਾ ਰਿਹਾ ਤਾਂ ਇਹ ਲੋਕ ਤੈਨੂੰ ਗਾਲਾਂ ਕੱਢ ਰਹੇ ਹੈ ਵਾਈ ਯੂ ਡੂਇੰਗ ਦਿਸ ਜਦੋਂ MLA ਦੀ ਟਿਕਟ ਮਿਲਣ ਲੱਗਦੀ ਹੈ ਜਦੋਂ ਪੂਰੇ ਤੇਰੇ ਚਾਂਸ ਹੁੰਦੇ ਹੈ ਉਦੋਂ ਤੂੰ ਕਹਿੰਦਾ ਸੱਚ ਬੋਲਣ ਨਹੀਂ ਟਲਦਾ ਵੀ ਇਹ ਧੰਦਾ ਤੇਰੇ ਲਈ ਹੈ ਹੀ ਨਹੀਂ ਦਿਸ ਇਜ਼ ਨੋਟ ਫਰੂਟਫੁੱਲ ਫੋਰ ਯੂ
ਯੂ ਆਰ ਨਾਟ ਮੈਂਟ ਟੂ ਬੀ ਲਾਈਕ ਦਿਸ। ਅਗਰ ਤੈਨੂੰ ਜਦ ਤੱਕ ਤੂੰ MLA ਦੀ ਤੇਰੀ ਟਿਕਟ ਮਿਲਦੀ ਸੀ 2017 'ਚ, ਤੂੰ ਭਗਵੰਤ ਮਾਨ ਛੋਟੇਪੁਰ ਹੋਰਾਂ ਨੂੰ, ਤੂੰ ਕੇਜਰੀਵਾਲ ਨੂੰ ਇਹ ਕਹਿਣ ਲੱਗ ਪਿਆ ਵੀ ਟਿਕਟਾਂ ਕਿਉਂ ਵੇਚ ਰਹੇ ਹੋ? ਕਹਿੰਦੇ ਜੇ ਸਾਰੇ ਚੁੱਪ ਕਰਕੇ ਬੈਠੇ ਸੀ ਤੂੰ ਨਹੀਂ ਸੀ ਬਹਿ ਸਕਦਾ, ਤੇਰੇ ਕਿਉਂ ਅੰਦਰੋਂ ਇਕੱਲੇ ਦੇ ਅੱਗ ਨਿਕਲਦੀ ਹੈ? ਕਹਿੰਦੇ ਜੇ ਗਲਤ ਸਾਰਿਆਂ ਨੂੰ ਬਰਦਾਸ਼ਤ ਹੈ ਤੂੰ ਵੀ ਕਰ ਲਾ, ਕਹਿੰਦੇ ਤੂੰ ਗਲਤ ਲਾਈਨ 'ਚ ਹੈ। ਸੋ ਉਹ ਵਿਚਾਰੇ ਆਪਣੀ ਥਾਂ 'ਤੇ ਸਹੀ ਨੇ, ਮੈਂ ਆਪਣੇ ਪਰਿਵਾਰ ਨੂੰ ਗਲਤ ਨਹੀਂ ਕਹਿ ਸਕਦਾ। ਉਹ ਕਹਿੰਦੇ ਹੁਣ ਤੇਰੇ ਨਾਲ ਦੇ ਤੇ ਤੋਂ ਬਾਅਦ 'ਚ ਆਏ, ਕਹਿੰਦੇ ਮੰਤਰੀ ਬਣੇ ਬੈਠੇ ਨੇ, ਟਿੱਕ ਕੇ ਬਹਿ ਜਾ ਜਿੱਥੇ ਸਭ ਦੀ ਡਫਲੀ ਵੱਜਦੀ ਆਪਣੀ ਵੀ ਵਜਾ, ਕੀ ਫਾਇਦਾ ਨਾ ਲੋਕਾਂ ਪਿੱਛੇ। ਕਹਿੰਦੇ ਗਾਲਾਂ ਪੜ੍ਹ ਕੇ ਦੇਖ ਲਿਆ, ਕਹਿੰਦੇ ਸਾਨੂੰ ਸ਼ਰਮ ਆਉਂਦੀ ਤੈਨੂੰ ਜਿਹੜੇ ਲੋਕ ਗਾਲਾਂ ਕੱਢਦੇ ਨੇ। ਉਹ ਮੈਂ ਕਿਹਾ ਯਾਰ ਜੇ ਮੈਨੂੰ ਭੇਡਾਂ ਦੀ ਗਿਣਤੀ 'ਚ ਪਾ ਦੋਗੇ ਮੈਂ ਊਂ ਵੀ ਘਰੇ ਬੈਠਾ ਮਰ ਜੂੰਗਾ, ਜੇ ਤੁਸੀਂ ਮੈਨੂੰ ਕਹਿ ਦੋਗੇ ਚੁੱਪ ਕਰ ਜਾ ਜਿਹੜੀ ਚੀਜ਼ ਮੈਨੂੰ ਦਿਖ ਰਿਹਾ ਗੁਨਾਹ ਹੋ ਰਿਹਾ, ਅਤੇ ਜੇ ਮੈਂ ਨਹੀਂ ਬੋਲੂੰਗਾ ਮੈਂ ਅੰਦਰੋਂ ਅੰਦਰ ਹੀ ਮਰ ਜੂੰਗਾ, ਫਿਰ ਕੀ ਫਾਇਦਾ ਹੋਊਗਾ ਤੁਹਾਨੂੰ? ਅਤੇ ਮੈਨੂੰ ਜੋ ਮੇਰੇ ਅੰਦਰ ਚਿਣ ਗਿਆ ਮੈਨੂੰ ਕਹਿ ਕੇ ਤਾਂ ਮਰ ਲੈਣ ਦਿਓ। ਅਤੇ ਮੈਨੂੰ ਇੱਕ ਚੀਜ਼ ਹੋਰ ਦੱਸੋ, ਰੋਜ਼ ਤੁਸੀਂ ਸਿਆਸਤ ਦੇ ਵਿੱਚ ਇਹਨਾਂ ਦੇ ਖਿਲਾਫ਼ ਲਾਈਵ ਹੁੰਦੇ ਹੋ, ਮੌਜੂਦਾ ਸਰਕਾਰ ਦੇ ਖਿਲਾਫ਼, ਕਿ ਮੌਜੂਦਾ ਸਰਕਾਰ ਦੇ ਖਿਲਾਫ਼ ਰੋਜ਼ ਤੁਸੀਂ ਲਾਈਵ ਹੁੰਦੇ ਹੋ, ਤਾਂ ਮੈਨੂੰ ਇੱਕ ਚੀਜ਼ ਦੱਸੋ ਵੀ ਕਿੰਨੇ ਕੁ ਸੰਤੁਸ਼ਟ ਹੋ ਤੁਸੀਂ ਇਹਨਾਂ ਦੇ ਕੰਮਾਂ ਤੋਂ? ਅਤੇ ਜੇ ਨੰਬਰ ਦੇਣੇ ਹੋਣ ਤਾਂ ਮੌਜੂਦਾ ਸਰਕਾਰ ਨੂੰ ਕੀ ਨੰਬਰ ਦਿਓਗੇ 100 'ਚੋਂ? ਦੇਖੋ ਹਾਲੇ ਇਹਨਾਂ ਨੂੰ ਅਸੀਂ, ਜੇ ਤੁਸੀਂ ਵਿਰੋਧ ਨਹੀਂ ਨਾ ਕਰੋਗੇ ਟਾਈਮ 'ਤੇ, ਜਦੋਂ ਬੱਚਾ ਪਹਿਲੀ ਵਾਰੀ ਬੀੜੀ ਚੱਕ ਕੇ ਨਾ, ਬੀੜੀ ਦੇ ਟੋਟੇ ਸਾਡੇ ਪਿੰਡ 'ਚ ਮੈਂ ਦੇਖਦਾ ਹੁੰਦਾ ਸੀ, ਜਦੋਂ ਅਸੀਂ ਸਕੂਲ ਨਾ ਜਾਣਾ ਛੋਟੇ ਛੋਟੇ ਜਵਾਕ, ਉਦੋਂ ਬੀੜੀਆਂ ਜ਼ਿਆਦਾ ਚੱਲਦੀਆਂ ਸੀ ਪਿੰਡਾਂ 'ਚ, ਜਾਂ ਜਰਦਾ ਹੈ ਨਾ, ਉਹਨਾਂ ਨੇ ਬੀੜੀਆਂ ਦੇ ਟੋਟੇ ਇਕੱਠੇ ਕਰਕੇ ਮੋਟਰ 'ਤੇ ਲੈ ਜਾਣੇ ਆ, ਮਾਚਿਸ ਲੈ ਜਾਣੀ, ਉੱਥੇ ਲਾ ਲਾ ਕੇ ਉਹਨਾਂ ਨੇ ਟਰਾਈ ਕਰਨੀ। ਜਦੋਂ ਪਹਿਲੀ ਵਾਰੀ ਬੱਚੇ ਇਸ ਕੰਮ 'ਤੇ ਲੱਗਦੇ ਆ ਨਾ ਜੀ, ਜੇ ਉਦੋਂ ਉਹਨਾਂ ਦੇ ਚਾਂਟਾ ਕੰਨ ਦੀ ਜੜ 'ਚ ਨਾ ਪਵੇ ਤਾਂ ਉਹ ਗੁਨਾਹ ਕਰਦੇ ਨੇ। ਉਵੇਂ ਹੀ ਇਹ ਆਮ ਆਦਮੀ ਪਾਰਟੀ ਹੈ ਜਿਨ੍ਹਾਂ ਨੂੰ ਅੱਜ ਇੱਕ ਬਹੁਤ ਵੱਡਾ ਮੈਂਡੇਟ ਦਿੱਤਾ, ਜੇ ਇਹਨਾਂ ਨੂੰ ਅੱਜ ਨਾ ਰੋਕੀਏ, ਜੇ ਅੱਜ ਇਹਨਾਂ ਦੀ ਗਲਤ ਗੱਲ ਦਾ ਵਿਰੋਧ ਨਾ ਕਰੀਏ, ਜੇ ਅੱਜ ਇਹਨਾਂ ਨੂੰ ਸ਼ੀਸ਼ਾ ਨਾ ਦਿਖਾਈਏ, ਬਿਕੋਜ਼ ਲੋਕਾਂ ਨੇ ਬੜੇ ਭਰੋਸੇ ਨਾਲ ਵੋਟ ਪਾਈ ਹੈ, ਜਿਨ੍ਹਾਂ ਨੇ ਵੋਟ ਪਾਈ ਹੈ ਉਹ ਬਹੁਤ ਵਿਸ਼ਵਾਸ ਹੈ ਜੀ ਉਹਨਾਂ ਦਾ। ਜਦੋਂ ਉਹਨਾਂ ਦਾ ਵਿਸ਼ਵਾਸ ਟੁੱਟੂਗਾ ਤਾਂ ਪੰਜਾਬ ਟੁੱਟੂਗਾ। ਪਹਿਲਾਂ ਦੇ ਗੁਨਾਹ, ਪਹਿਲਾਂ ਵਾਲਿਆਂ ਦੇ ਗੁਨਾਹ ਦਿਖਾ ਕੇ ਉਹ ਵੀ ਤਾਂ ਕਰਦੇ ਸੀ, ਉਹਨਾਂ ਨੇ ਕੀਤਾ ਸੀ, ਫਿਰ ਕੀ ਹੋ ਗਿਆ ਯਾਰ? ਇਹ ਕੋਈ ਐਕਸਕਿਊਜ਼ ਥੋੜ੍ਹੀ ਨਾ ਹੋ ਗਿਆ, ਜੇ ਉਹਨਾਂ ਨੇ ਕੀਤਾ ਸੀ ਤਾਂ ਹੀ ਤਾਂ ਉਹਨਾਂ ਨੂੰ ਦੁਬਾਰਾ ਲਿਆਂਦਾ ਨਹੀਂ, ਜੇ ਹੁਣ ਤੁਹਾਨੂੰ ਲਿਆਂਦਾ ਤਾਂ ਤੁਹਾਨੂੰ ਸ਼ੀਸ਼ਾ ਦਿਖਾਉਣਾ ਬਣਦਾ ਤਾਂ ਕਿ ਤੁਸੀਂ ਗੁੰਮਰਾਹ ਨਾ ਹੋ। ਜੇ ਆਂਢ ਗੁਆਂਢ 'ਚ ਕਿਸੇ ਦਾ ਜਵਾਕ ਨਸ਼ੇੜੀ ਹੋ ਜਾਵੇ ਨਾ ਜੀ, ਜਿਹੜੇ ਉਹਦੇ ਕਹਿੰਦੇ ਯਾਰ ਆਪਾਂ ਘਰ ਤਾਂ ਵੇਚ ਕੇ ਜਾ ਨਹੀਂ ਸਕਦੇ, ਇਹਦੀ ਸੰਗਤ 'ਚ ਨਾ ਰਹਿਣ ਦਿਓ, ਉਹਦੇ ਵਰਗਾ ਨਾ ਬਣ ਜੇ, ਫਿਰ ਕੀ ਹੈ? ਮਾਂ ਬਾਪ ਉਹਤੇ ਪੂਰੀ ਚੈੱਕ ਰੱਖਦੇ ਆ। ਉਵੇਂ ਇਸ ਆਮ ਆਦਮੀ ਪਾਰਟੀ 'ਤੇ ਅੱਜ ਚੈੱਕ ਰੱਖਣ ਦੀ ਲੋੜ ਹੈ। ਇਹਨਾਂ ਦੇ ਐਲਾਨ ਬਹੁਤ ਵੱਡੇ ਨੇ, ਕਹਿੰਦਾ ਇਹਨਾਂ ਭਗਵੰਤ ਮਾਨ ਚੰਨੀ ਐਲਾਨ ਮੰਤਰੀ ਹੈ, ਅਤੇ ਬਾਈ ਤੂੰ ਕੀ ਕਰਦਾ? ਤੂੰ ਵੀ ਤਾਂ ਐਲਾਨਵੰਤ ਸਿੰਘ ਹੈ, ਰੋਜ਼ ਤੇਰੇ ਐਲਾਨ ਨੇ ਆ। ਉਹਦੇ ਮੇਰੇ ਕੋਲ ਅਖਬਾਰ ਪਿਆ ਹੋਊਗਾ ਜੀ, ਮੈਂ ਤੁਹਾਨੂੰ ਦਿਖਾਉਣਾ ਆਹ ਅਖਬਾਰ ਹੈ। ਦੇਖੋ ਇਹ ਕਹਿੰਦੇ ਸਾਡੇ ਕੋਲ ਪੈਸਾ ਹੈ ਨਹੀਂ, ਅਤੇ ਦੂਜੇ ਤੀਜੇ ਦਿਨ ਮੋਦੀ ਸਾਹਿਬ ਕੋਲ ਪੈਸੇ ਮੰਗਣ ਚੱਲ ਗਏ ਭਗਵੰਤ ਮਾਨ ਸਾਹਿਬ। ਆਹ ਦੇਖੋ ਆਹ ਫੁੱਲ ਪੇਜ ਦੀ ਐਡ ਹੈ, ਇਹ ਫੁੱਲ ਪੇਜ ਦੀ ਐਡ ਤੁਹਾਨੂੰ ਪਤਾ ਲੱਖਾਂ ਰੁਪਏ ਦੀ ਆਉਂਦੀ ਹੈ ਇਹਨਾਂ ਅਖਬਾਰਾਂ 'ਚ, ਇੱਕ ਨਹੀਂ ਮੈਕਸੀਮਮ ਸਾਰੇ ਅਖਬਾਰਾਂ 'ਚ ਇਹ ਐਡ ਦਿੱਤੀ ਹੈ ਇਹਨਾਂ ਨੇ। ਅਰੇ ਮਹੀਨੇ 'ਚ ਮੈਨੂੰ ਲੱਗਦਾ ਤੀਜੀ ਚੌਥੀ ਐਡ ਹੈ ਫੁੱਲ ਪੇਜ ਦੀ, ਗੁਜਰਾਤ ਤੋਂ ਲੈ ਕੇ ਹਿਮਾਚਲ ਤੋਂ ਲੈ ਕੇ ਹਰਿਆਣੇ ਤੋਂ ਲੈ ਕੇ ਦਿੱਲੀ ਤੋਂ ਲੈ ਕੇ ਸਾਰੇ ਅਖਬਾਰਾਂ 'ਚ ਕਹਿੰਦੇ ਐਡ ਗਈ ਹੈ ਇਹਨਾਂ ਦੀ। ਪਹਿਲੀ ਜਿੱਦਣ ਇਹਨੇ ਸਹੁੰ ਚੱਕੀ ਖਟਖੜ ਕਲਾਂ, ਇਹ ਮੈਂ ਪੁੱਛਣਾ ਚਾਹੁੰਦਾ ਇਹ ਐਡ ਦੇ ਪੈਸੇ ਕਿਹਨੇ ਦਿੱਤੇ? ਸਾਡੇ ਟੈਕਸ 'ਚੋਂ ਗਏ ਆ ਨਾ, ਜਾਂ ਤੁਹਾਡੇ ਕੋਲ ਪੈਸੇ ਹੈ ਨਹੀਂ, ਤੁਹਾਨੂੰ ਐਡ ਕਰਨ ਦੀ ਕੀ ਲੋੜ ਹੈ? ਐਡ ਬੰਦਾ ਉਹ ਕਰਦਾ ਜਿਹੜਾ ਥੋਥਾ ਚਨਾ ਬਾਜੇ ਘਨਾ, ਖਾਲੀ ਭਾਂਡਾ ਆਵਾਜ਼ ਜ਼ਿਆਦਾ ਕਰਦਾ। ਜੇ ਤੁਹਾਡੇ ਕੰਮ ਬੋਲਣ ਗਏ, ਜਾਂ ਤੁਹਾਡੇ ਕੋਲ ਪੈਸੇ ਜਿਹੜੇ ਕਰੋੜਾਂ ਰੁਪਏ ਨਾ ਐਡਾਂ 'ਤੇ ਲਾ ਰਹੇ ਹੋ, ਇਹ ਕਰੋੜਾਂ ਰੁਪਏ ਬਾਈ ਜੀ ਕੇਜਰੀਵਾਲ ਪੱਲਿਓਂ ਲਾ ਰਿਹਾ, ਭਗਵੰਤ ਮਾਨ ਪੱਲਿਓਂ ਲਾ ਰਿਹਾ? ਤੁਸੀਂ ਲੋਕਾਂ ਦੇ ਪੈਸੇ ਨਾਲ ਆਪਣੀ ਮਸ਼ਹੂਰੀ ਕਿਉਂ ਕਰਦੇ ਹੋ? ਤੁਹਾਡਾ ਕੰਮ ਬੋਲੂਗਾ, ਕੰਮ ਲੋਕ ਆਪੇ ਦੇਖਣਗੇ, ਤੁਸੀਂ ਕਿਉਂ ਰੌਲਾ ਪਾ ਰਹੇ ਹੋ? ਤੁਹਾਨੂੰ ਕੀ ਦੱਸਣ ਦੀ ਲੋੜ ਹੈ? ਜੇ ਤੁਸੀਂ ਕੰਮ ਕੀਤਾ ਲੋਕ ਦੇਖ ਲੈਣਗੇ। ਬਟ ਜਿਹੜਾ ਬੰਦਾ ਇਸ ਹਾਲਾਤ 'ਚ ਪੰਜਾਬ ਨੂੰ ਸਿਰਫ ਆਪਣੀ ਮਸ਼ਹੂਰੀ ਕਰਨ ਲਈ, ਤਾਂ ਕਿ ਆਉਣ ਵਾਲੇ ਕੱਲ੍ਹ 'ਚ ਕੇਜਰੀਵਾਲ ਕਹਿੰਦੇ ਪੰਜਾਬ ਦੇ ਸਿਰ 'ਤੇ ਪੈਰ ਧਰ ਕੇ ਆਪਾਂ ਹਰਿਆਣਾ ਅਤੇ ਹਿਮਾਚਲ ਅਤੇ ਗੁਜਰਾਤ 'ਚ ਜਾਣਾ, ਪੰਜਾਬ ਦਾ ਸਿਰ ਮਤਲਬ ਕਿ ਪੰਜਾਬ ਸਾਡੀ ਪੱਗ 'ਤੇ ਪੈਰ ਧਰ ਕੇ ਗਾਂਹ ਜਾਣਾ ਇਹਨਾਂ ਨੇ। ਅੱਜ ਸਾਡੀ ਪੱਗ ਇਹਨਾਂ ਨੇ ਵਰਤ ਲਈ, ਭਗਤ ਸਿੰਘ ਦੀ ਪੱਗ ਭਗਵੰਤ ਮਾਨ ਨੇ ਵਰਤ ਲਈ। ਬਾਈ ਜੀ ਇੱਕ ਵੀ ਪੱਗ ਵਾਲਾ ਬੰਦਾ ਮੰਤਰੀ ਨਹੀਂ ਹੈ ਦਿੱਲੀ 'ਚ, ਇੱਕ ਵੀ। ਤੁਸੀਂ ਤੁਹਾਡਾ ਕਹਿਣ ਫਿਰ ਕਿੰਨੇ ਨੰਬਰ ਦਿਓਗੇ? ਤੇ ਤੁਹਾਡੇ ਕਹਿਣ ਦਾ ਮਤਲਬ ਆ ਵੀ ਇਹ ਹਰਿਆਣੇ ਤੇ ਹਿਮਾਚਲ ਦੀਆਂ ਇਲੈਕਸ਼ਨਾਂ ਪੰਜਾਬ ਦੇ ਪੈਸੇ ਨਾਲ ਜਿੱਤਣਾ ਚਾਹ ਰਹੇ ਆ?
ਤੁਸੀਂ ਹੁਣ ਤੱਕ ਕੋਈ ਦੇਖਿਆ ਵੀ ਰੇਤੇ ਦਾ ਕੋਈ ਦੇਖਿਆ ਕੋਈ ਰੇਤੇ ਦੀ ਟਰੈਕਟਰ ਟਰਾਲੀ ਫੜ ਲਿਆ? ਰੇਤਾ ਕਿੰਨਾ ਮਹਿੰਗਾ ਵਿਕ ਰਿਹਾ ਤੇ ਉਹ ਰੇਤਾ ਹੈ ਕਿਹਨਾਂ ਕੋਲ ਇਸ ਟਾਈਮ? ਉਹੀ ਪੁਰਾਣੇ ਵਾਲੇ ਚਲਾ ਰਹੇ ਆ ਤੇ ਉਹ ਪੈਸਾ ਕਿੱਥੇ ਜਾ ਰਿਹਾ? ਉਹ ਇਹਨਾਂ ਕੋਲ ਹੀ ਜਾ ਰਿਹਾ, ਸਾਰੇ ਲੋਕਾਂ ਨੂੰ ਉਲਝਾਇਆ ਹੋਇਆ ਇੱਧਰ ਲਾ ਦਿਓ ਇੱਧਰ। ਇਹ ਪਤਾ ਕੀ ਹੈ, ਇੱਧਰ ਥੱਪੜ ਮਾਰੋ, ਜਦੋਂ ਬੰਦਾ ਇੱਥੇ ਬੰਦਾ ਆਹ ਉਦੋਂ ਗਿੱਟੇ 'ਤੇ ਮਾਰ, ਉਹ ਬੰਦਾ ਕਹਿੰਦਾ ਆਹ ਆਹ ਵਾਲਾ ਭੁੱਲ ਗਿਆ ਦਰਦ, ਉਦੋਂ ਗਿੱਟੇ ਇੱਥੇ ਮਾਰ ਦਿਓ। ਇਹ ਪੰਜਾਬ ਨਾਲ ਇਹ ਗੇਮ ਚੱਲਦੀ ਪਈ ਹੈ ਵੀ ਲੋਕਾਂ ਨੂੰ ਰੋਜ਼ ਨਵਾਂ ਸ਼ਗੂਫਾ ਦੇ ਦਿਓ ਤਾਂ ਕਿ ਪੁਰਾਣਾ ਭੁੱਲ ਜਾਣ, ਨਵੇਂ 'ਤੇ ਡਿਸਕਸ਼ਨ ਸ਼ੁਰੂ ਹੋ ਜਾਵੇ। ਜਦੋਂ ਨਵੇਂ 'ਤੇ ਨੈਗੇਟਿਵ ਹੋ ਗਈ ਸ਼ੁਰੂ, ਉਦੋਂ ਨਾਲ ਦੀ ਨਾਲ ਹੀ ਮੂਸੇ ਵਾਲਾ ਕੇਸ ਚੱਕ ਦਿਓ, ਲੋਕਾਂ ਦਾ ਧਿਆਨ ਮੂਸੇ ਵੱਲ ਪਾ ਦਿਓ, ਫਿਰ ਉਹ ਪੁਰਾਣਾ ਮੁੱਦਾ ਭੁੱਲ ਗਿਆ, ਰਾਜ ਸਭਾ ਵਾਲਾ ਅਤੇ ਹੋਰ ਦੂਜੇ ਜਿਹੜੇ ਮੁੱਦੇ ਚੱਕਦੇ ਨੇ। ਇਹ ਆਹੀ ਚੱਲਦਾ ਰਹੂਗਾ 5 ਸਾਲ, ਕਿਉਂਕਿ ਇਹਨਾਂ ਦੇ ਵਿੱਚ ਰਿਹਾ ਅਤੇ ਮੈਨੂੰ ਪਤਾ ਇਹਨਾਂ ਦੀ ਟੈਕਟਿਕਸ, ਇਹਨਾਂ ਨੇ ਕਰਨਾ ਕੀ ਆ। ਅੱਜ ਰੇਤੇ ਦੇ ਵਿੱਚੋਂ ਕੀ ਪੈਸਾ ਨਹੀਂ ਆ ਰਿਹਾ? ਭਗਵੰਤ ਮਾਨ ਅੱਜ ਵੀ ਖਟਖਟ ਕਲਾਂ ਸਹੁੰ ਖਾ ਕੇ ਕਹਿ ਦੇ ਵੀ ਪੈਸਾ ਨਹੀਂ ਜਾ ਰਿਹਾ ਰੇਤੇ 'ਚੋਂ ਦਿੱਲੀ, ਅਤੇ ਇਹਨੂੰ ਪਤਾ ਨਹੀਂ ਹੈ ਕਿ ਪੈਸਾ ਵਰਤਿਆ ਜਾ ਰਿਹਾ ਪੰਜਾਬ ਦਾ ਦੂਜੀਆਂ ਸਟੇਟਾਂ 'ਚ ਆਪਣੀ ਤਾਕ ਜਮਾਉਣ ਲਈ। ਇੱਥੇ ਰਾਜ ਸਭਾ 'ਚ ਇੱਥੋਂ ਦੀ ਭੇਜਿਆ ਸੰਦੀਪ ਪਾਠਕ, ਉਹ ਸੰਦੀਪ ਪਾਠਕ ਦੀ ਕੀ ਦੇਣਾ ਪੰਜਾਬ ਨੂੰ ਬਈ? ਅੱਜ ਤੱਕ ਇੱਕ ਸ਼ਬਦ ਨਹੀਂ ਬੋਲਿਆ ਉਹ ਸੂਬਿਆਂ ਰਾਜ ਸਭਾ, ਮਤਲਬ ਕਿ ਰਾਜ ਸਾਡਾ ਪੰਜਾਬ ਰਾਜ, ਇਹਦੀ ਸਭਾ ਜਿਹੜੀ ਉੱਥੇ ਲੱਗਦੀ ਹੈ ਉਹਦੇ 'ਚ ਉਹਨੇ ਪੰਜਾਬ ਨੂੰ ਰਿਪ੍ਰਜੈਂਟ ਕਰਨਾ। ਉਹ ਛੱਤੀਸਗੜ੍ਹ ਫਿਰਦਾ, ਅੱਜ ਅਖਬਾਰ ਚੱਕ ਲਓ ਮੈਂ ਤੁਹਾਨੂੰ ਦਿਖਾ ਦਿੰਦਾ, ਬਿਲਕੁਲ ਮੈਂ ਵੀ ਦੇਖਿਆ ਫਿਰਦਾ ਨਾ ਰਾਘਵ ਚੱਡਾ, ਉਹ ਕੀ ਕਰ ਰਿਹਾ? ਇੱਕ ਵੀ ਬਿਆਨ ਦਿਓ ਹਰਭਜਨ ਸਿੰਘ, ਇੱਥੇ ਰਾਜ ਸਭਾ ਅਤੇ ਪੰਜਾਬ ਦੀਆਂ ਗੱਲਾਂ ਕਦੀ ਉਹਨੇ ਕੀਤੀਆਂ? ਉਹ ਜਾ ਰਿਹਾ ਕਮੈਂਟਰੀ ਕਰ ਰਿਹਾ। ਇਟ ਮੀਨਸ ਦੇ ਡੋਂਟ ਬੋਦਰ ਕਿ ਪੰਜਾਬ ਦੇ ਅੰਦਰ ਅੱਗ ਕਿਹੜੀ ਲੱਗੀ ਹੋਈ ਅਤੇ ਸਾਨੂੰ ਕਰਨਾ ਕੀ ਚਾਹੀਦਾ, ਸਾਡੀ ਡਿਊਟੀ ਕੀ ਹੈ? ਜਦੋਂ ਇਹੋ ਜਿਹੇ ਸਿਫਾਰਸ਼ੀ ਲੋਕ ਭੇਜੋਗੇ, ਦੋ ਇੰਡਸਟਰੀਲਿਸਟ ਭੇਜਤੇ, ਤੁਹਾਨੂੰ ਲੱਗਦਾ ਕੋਈ ਇੰਡਸਟਰੀਲਿਸਟ ਦੀ ਕੋਈ ਐਡਾ ਦਮ ਹੈ, ਉਹਦਾ ਮਾਦਾ ਹੋਊਗਾ ਕਿ ਉਹ ਸਰਕਾਰੀ ਦਰਬਾਰੇ ਸਰਕਾਰ ਦੇ ਉਲਟ ਬੋਲ ਜੂਗਾ? ਉਹ ਆਪਣੀ ਖੱਲ ਬਚਾਊਗਾ ਅਤੇ ਆਪਣਾ ਮਾਲ ਬਚਾਊਗਾ। ਉਹ ਇਹ ਦੇਖੂਗਾ ਵੀ ਮੈਂ ਰਾਜ ਸਭਾ ਜਿੰਨੇ ਆਪਾਂ ਨੂੰ ਮਿਲੀ ਹੈ ਸੀਟ, ਆਪਾਂ ਉਹ ਤੋਂ 15 ਗੁਣਾ 20 ਗੁਣਾ ਪ੍ਰੋਫਿਟ ਕਿਵੇਂ ਕੱਢਣਾ। ਸੋ ਉਹ ਤਾਂ ਆਪਣਾ ਸੋਚੂਗਾ ਵਪਾਰੀ ਆਦਮੀ। ਸੋ ਇਹ ਕਿਉਂ ਕਿਉਂ ਹੋ ਰਿਹਾ ਇਹਦਾ ਮਤਲਬ ਪੰਜਾਬ ਨਾਲ ਖਿਲਵਾੜ ਨਹੀਂ ਅਤੇ ਪੰਜਾਬੀਆਂ ਨੂੰ ਗੁੰਮਰਾਹ ਕਰ ਦਿੰਦੇ ਆ? ਚਲੋ ਜੀ ਰਾਸ਼ਨ ਤੁਹਾਡੇ ਘਰ ਪਹੁੰਚੂਗਾ, ਠੀਕ ਹੈ, ਤੁਹਾਨੂੰ ਅਸੀਂ ਐਂ ਕਰ ਦਾਂਗੇ, ਤੁਹਾਨੂੰ ਬਿਜਲੀ 300 ਯੂਨਿਟ ਫਰੀ, ਠੀਕ ਹੈ, ਜਨਰਲ ਕੈਟਾਗਰੀ ਅਤੇ SC ST ਅਤੇ ਜਿਹੜੇ ਹੋਰ ਕੈਟਾਗਰੀ ਹੈ ਉਹਨਾਂ 'ਚ ਬਾਈ ਜੀ ਅਗਰ 601 ਬਿੱਲ ਆਇਆ ਜਨਰਲ ਕੈਟਾਗਰੀ ਦਾ ਤਾਂ ਉਹ ਪੇ ਕਰੂਗੀ 4270 ਰੁਪਏ, 4270 ਰੁਪਏ ਪੇ ਕਰੂਗੀ ਜਨਰਲ ਕੈਟਾਗਰੀ। ਜੇ 601 ਯੂਨਿਟ ਬਿੱਲ ਦਾ ਬਿੱਲ ਆਇਆ SC ST ਨੂੰ ਉਹ ਭਰਨਗੇ 7 ਰੁਪਏ, ਉਹ 4270 ਰੁਪਏ ਇੱਧਰ ਵਾਲੇ ਇਕੱਲੇ 7 ਰੁਪਏ। ਇਹ ਪਹਿਲਾਂ ਕਿਉਂ ਨਹੀਂ ਦੱਸਿਆ ਕੇਜਰੀਵਾਲ ਨੇ ਕਿ ਜਨਰਲ ਕੈਟਾਗਰੀ ਦੇ ਅਸੀਂ ਭਿਉਂ ਭਿਉਂ ਕੇ ਪਰਸੈਂਟੇਜ ਕੱਢ ਲਓ ਰੇਸ਼ੋ, ਇੰਨੇ ਗੁਣਾ ਜ਼ਿਆਦਾ ਜੁੱਤੀਆਂ ਤੁਹਾਡੇ ਪੈਣਗੀਆਂ ਜਨਰਲ ਕੈਟਾਗਰੀ ਦੇ? ਕੀ ਜਨਰਲ ਕੈਟਾਗਰੀ ਨੇ ਗੁਨਾਹ ਕਰ ਲਿਆ ਵੋਟ ਪਾ ਕੇ? ਸੋ ਇਹ ਜਾਤ ਪਾਤ ਦੀ ਰਾਜਨੀਤੀ ਕਿਉਂ, ਇਹ ਡਿਵਾਈਡ ਐਂਡ ਰੂਲ, ਇਹ ਭੇਦਭਾਵ ਕਿਉਂ ਜਨਰਲ ਕੈਟਾਗਰੀ ਨਾਲ? ਕੀ ਜਨਰਲ ਕੈਟਾਗਰੀ ਕੋਈ ਲਿਖ ਕੇ ਦੇ ਸਕਦਾ ਵੀ ਹਰੇਕ ਜਨਰਲ ਕੈਟਾਗਰੀ ਵਿਚਾਰਾ ਚੰਗੀ ਰੋਟੀ ਖਾਂਦਾ, ਅਤੇ ਕੋਈ ਇਹ ਲਿਖ ਕੇ ਦੇ ਸਕਦਾ ਵੀ ਹਰ SC ST ਵਾਲਾ ਬਹੁਤ ਨੀਵੇਂ ਪੱਧਰ 'ਤੇ ਜ਼ਿੰਦਗੀ ਜੀ ਰਿਹਾ? ਤੁਸੀਂ ਆਰਥਿਕ ਪੱਧਰ ਵੀ ਦੇਖੋ ਨਾ, ਤੁਸੀਂ ਆਰਥਿਕ ਪੱਧਰ ਨਹੀਂ ਦੇਖਿਆ, ਜਨਰਲ ਕੈਟਾਗਰੀ ਨੂੰ ਇੱਕ ਕਲਾਸ 'ਚ ਤੁਣਤਾ, ਉਹ ਵਿਚਾਰਾ ਕਹੂਗਾ ਯਾਰ ਉਹਦਾ ਵੀ ਉਹ 601 ਤੋਂ ਬਾਅਦ ਅਗਲਾ ਕਹਿੰਦਾ 600 ਤੱਕ ਤਾਂ ਮੌਜਾਂ ਲੁੱਟੋ, ਠੀਕ ਹੈ, ਅਗਲਾ ਕਹਿੰਦਾ ਬਾਅਦ ਜਿਹੜੇ 100-150 ਹੋ ਗਏ ਉਹਦੇ ਬਿੱਲ ਦੇ ਦਾਂਗੇ 200 ਯੂਨਿਟ ਦਾ, ਬੰਦਾ ਕਹਿੰਦਾ ਦੂਜੇ ਨੂੰ ਦੇਖ ਆਹ ਦੇਖ ਇਹਨਾਂ ਦੇ ਤਾਂ ਦੇਖ ਇਹਨਾਂ ਦੇ 4207 ਆਊਗਾ, ਉਹ ਵਿਚਾਰਾ ਉਹ ਤਾਂ ਲੁੱਟੇ ਗਏ ਨਾ ਜਨਰਲ ਕੈਟਾਗਰੀ ਵਾਲੇ। ਸੋ ਇਹ ਯੂਜ਼ ਕਰ ਰਹੇ ਆ, ਸਿਰਫ ਆਪਣਾ ਵੋਟ ਬੈਂਕ ਸਿਕਿਓਰ ਕਰ ਰਿਹਾ ਇਹ। ਇਹ ਕੋਈ ਲੋਕਾਂ ਨੂੰ ਮੈਂ ਇੱਕ ਗੱਲ ਦੱਸ ਦਿੰਦਾ, ਦੇਖੋ ਚਾਹੇ SC ST ਆਪਾਂ ਆਪਣਾ ਸਾਨੂੰ ਪਤਾ ਨਹੀਂ ਹੁੰਦਾ ਰੁਪਿੰਦਰ ਬਾਈ ਕਿ ਅਸੀਂ ਕਿਹੜੇ ਧਰਮ 'ਚ ਅਤੇ ਕਿਹੜੀ ਜਾਤ 'ਚ ਮੇਰਾ ਜਨਮ ਹੋਣਾ, ਮੈਂ ਥੋੜ੍ਹੀ ਨਾ ਮੈਨੂੰ ਪੁੱਛ ਕੇ ਥੋੜ੍ਹੀ ਨਾ ਜਨਮ ਹੋਇਆ, ਲੱਕੀ ਡਰੋ ਹੀ ਹੈ, ਨਹੀਂ ਲੱਕੀ ਡਰੋ ਕਹਿ ਲਓ, ਸਾਨੂੰ ਕੀ ਪਤਾ ਅਸੀਂ ਕਿੱਥੇ ਜੰਮਣਾ, ਕਿਹਦੇ ਘਰੇ ਜੰਮਣਾ, ਗਰੀਬ ਦੇ ਜੰਮਣਾ ਅਸੀਂ, ਅੰਬਾਨੀ ਦੇ ਜੰਮਣਾ ਅਸੀਂ, ਉਹਦੇ ਜੰਮਣਾ, ਹੈ ਨਾ, ਜਿਹਦੇ ਘਰੇ ਵੀ ਜੰਮੇ ਅਸੀਂ। ਜੇ ਮੈਂ SC ST ਵਾਲਾ ਹਾਂ, ਮੈਂ OBC ਨੂੰ ਬਿਲੋਂਗ ਕਰਦਾ ਭਾਈ, ਮੇਰੇ ਵੱਸ 'ਚ ਥੋੜ੍ਹੀ ਨਾ, ਮੈਂ ਜਿੱਥੇ ਜਨਮ ਲੈ ਲਿਆ ਮੇਰੀ ਸੋਚ ਨੇ ਅੱਗੇ ਲੈ ਕੇ ਜਾਣਾ। ਜੇ ਅਸੀਂ ਵਿਹਲਾ ਕਰ ਦਾਂਗੇ SC ST ਵਾਲਿਆਂ ਨੂੰ, ਅਸੀਂ ਘਰ ਹੀ ਰਾਸ਼ਨ ਦੇਣ ਲੱਗ ਪਏ, ਉਹਨਾਂ ਨੂੰ ਕਹਿਣਾ ਅੱਗੇ ਰਾਸ਼ਨ ਆ ਗਿਆ, ਬਿਜਲੀ ਫਰੀ ਆ ਰਹੀ ਹੈ, ਹੁਣ ਤੁਹਾਨੂੰ ਆਹ ਵੀ ਫਰੀ ਆ ਰਿਹਾ, ਤੁਹਾਨੂੰ ਆ, ਉਹ ਵਿਚਾਰੇ ਮਿਹਨਤ ਕਰਨ ਨੂੰ ਹਟਾ ਦੇਣਗੇ, ਇਹ ਉਹਨਾਂ ਦੇ ਘਰ ਪੱਟ ਦੇਣੇ ਕੇਜਰੀਵਾਲ ਅਤੇ ਭਗਵੰਤ ਮਾਨ ਨੇ, ਮੇਰੀ ਗੱਲ ਯਾਦ ਰੱਖਿਓ।
मैं यही थोड़ा अगला क्वेश्चन पूछना सी जदों बादल या कांग्रेस ने यह स्कीम दित्तियां सी तो उदों भगवंत मान जी के खुद के बयान ने बहुत सारे पंजाबी यूट्यूब पर पाए भी ने कि सानू काबल बनाओ नौकरियां करके असी आप कमा के खा लेंगे सानू भिखारी ना बनाओ तो अज यदा मतलब तुसी सानू भिखारी बना रहे हो सन ये अज आम लोगों को भिखारी समझ के सब कुछ फ्री दिता जा रहा जो तो तुम अपने बयान तो खुद ही मुकर गए तो फिर तुम कि कह सकते हो कि असी दूजिया की पैड़ चो पैड़ धर के नहीं चल रहे तो असं दूजे वक्रे हाँ भी कहदा बदलाव होया रुपिंदर मैं आही आही गल कह रहा जिहड़ा भगत सिंह दी पग बनन वाला बंदा उदों कहिंदा सी प्रकाश सिंह बादल ने आटा दाल ते लाते गरीब इन्हां नूं रुजगार दो आटा दाल असीं आप कमा लांगे ओ तू तो आटे दाल दी बजाय तू तो कहिंदा राशन भी घर तक दे के आएगा इहदा मतलब तू दो कदम अग्गे वध गया तू तो उंदर नूं भी अग्गे चले गया ठीक है तू 300 यूनिट फ्री 600 यूनिट फ्री दो महीने दे तो कहना आ भी लो यदा मतलब तू प्रकाश सिंह बादल तो सीख रहा आही गल है ना जे प्रकाश सिंह बादल तो सीख रहा यदा मतलब की है कि तू ओदे वर गई हाँ यह भगत सिंह की पग बन के पगां दा डिफरेंस करके तेरी सोच थोड़ी ना बदल गई तू तो भगत तू उन्हें शहीद तो नहीं वरत ले तू तो शहीद ही वरत ले ये बर्बादी ते राह ते लाके जाऊ पंजाब मेरी गल याद रखियो जदों जे कनेडा अमरीका दे विच ना इंडिजिनस पीपल कहंदे आ उन्हां नूं जिहड़े उत्थे दे ओरिजिनल बछिंदे आ रेड पीपल हाँ जी ताए के कहंदे हाँ उन्हां नूं इंडिजिनस कहंदे आ जी उत्थे ओह इंडिजिनस पीपल उन्हां नूं सब कुछ फ्री मिलदा ऑलमोस्ट उत्थे भाई जी सॉरी टू से परमात्मा ना करे कदी किसे नाल इदां पंजाबी हाल देख लियो कभी गूगल पढ़ लियो यूथ ना जिहड़ा कोई माड़ा चंगा लफ्ज़ गालां गूलां कढ़न दी बजाय ना कभी थोड़ा सर्च करो इंडिजिनस INDIGENOUS इंडिजिनस पीपल उन्हां दी रिसर्च करो वो उन्हां दे आर्थिक ते शरीरिक हालत भाई जी मैक्सिमम पीपल आई हैव सीन मैक्सिमम परसेंटेज नहीं वो नशियां च ने वैंकूवर दे ना जिथे टॉप मोस्ट बिल्डिंग्स ने जिथे कामा गाटा मारू जहाज जी जी वो तो अद्धे पौने किलोमीटर की दूरी ते भाई जी एक जगह से थोनू एक लेन मिलेगी पूरी जिथे उही बैठे ने ए टेढ़े हो गए अपनी कलोनी बनाई हुई हाँ उन्होंने सरकारा ने मुफ्त दियाँ सहूलतां बहुत दित्तियां बर्बाद हो गए वो लोग बिल्कुल अरे पंजाब नू जे बर्बाद ना ना करता इस केजरीवाल ने तो मेरी गल याद रखियो देर आर नो फ्री लंचेज इन द सोसाइटी ये जिहड़ा फ्री की आदत पाउण वाला काम है ये बर्बाद करूगा साडियां जनरेशनस उन्हां दियां जनरेशनस देख लो उन्हां दे अगे तो अगे भाई जी बहुत कुछ है हुण मैं इत्थे मैं किते ना किते तुहाडी गल नाल इस गल नाल सहमत हाँ तो मैं दर्शकों नूं भी कहना चाहूँगा तुहाडे कोई ना कोई कैनेडा दे विच जरूर हैगा ते चीज़ बई दी तुसीं जरूर रिसर्च करियो उन्हां नूं ताएके भी कहिंदे आ क्योंकि उन्हां दी स्किन साडे नाल दी रलमी है रलदी स्किन है तो उन्हां नूं बिल्कुल अज जिप्सी बना के छड्डिया होया कैनेडा गौरमेंट ने तो पर चलो आपां अगे चलदे आ ये सेम गल तुहाडी पूरी हो गई है मेरे ख्याल च तो जदों तुसीं कोई टाइम सी जदों आम आदमी पार्टी नूं तुसीं मोढा दे के खड़ा कीता ठीक है तन मन ते धन नाल तुसीं इस पार्टी नूं सिंजिया तो जदों गलत होया तुसीं इस पार्टी दे विच हिक डाह के आवाज़ भी चक्की है तो अज तुसीं BJP चो की तुहानूं लगता कि लोग तुहाडे तों उम्मीद करनगे भी जे अज BJP च कुछ गलत होगा जां पंजाब नाल धक्का करूगी BJP तो जस्सी जसराज फिर इदां ही आवाज़ चकूगा भाई जी आम आदमी पार्टी मैं अंदरों देख लिया है जिवें तुसीं मैं बैठे इदा मैं तो केजरीवाल भी बैठे सी भगवंत बहुत घट बहिंदा किसे ना क्योंकि वह अपनी एक दुनिया च रहिंदा मैं उन्होंने अंदर बह के जो उन्होंने देखा भी जो असी प्रीच कर रहे हैं असी उन्होंने आप तो फॉलो नहीं करते तो जदों लोग आ जड़े क्योंकि मैं आर्टिस्ट हाँ मैं स्टेज पर हाँ पिछले 20 साल तो मैं लगातार 22 साल तो स्टेज पर हाँ मैं लोगों को जानता लोग पब्लिक किवें बिहेव करती है मैं ये तो बहुत ही चंगी तरह जानता कि पंजाबी किवें बिहेव करता जो पंजाब नाल 2017 धक्का होने लग गया सी तां मैं 2015-16 च इन्हां नूं बोलना शुरू करता सी अंदर खाते गलत जो गलत सीगा उन्हूं गलत कहना शुरू करता सी अज जदों असीं BJP च हां मैं बड़ा सोच के कदम लिया किसान अंदोलन तो बाद मैं कहा यार जसी कीता की जावे आम आदमी पार्टी दे कई लोग मैनूं अप्रोच कर रहे सी ना नहीं यार मैं कहा प्रैक्टिकली पंजाब दा भला कित्थे होना असी सेंटर तो हुण भगवंत मान है ना लोग कहिंदे BJP माड़ी है ठीक है आही धारणा बनाती लोगों के मन च भारतीय जनता पार्टी तो ही लैन गया वो बिल्कुल दूजे दिन पैसे लैन गया अज अडानी दे सीलो
ਜਿਹੜੇ ਗੋਦਾਮ ਨੇ ਉੱਥੇ ਕਿਸਾਨ ਲਾਈਨਾਂ ਲਾਈ ਖੜ੍ਹੇ ਆ। ਠੀਕ ਹੈ, ਇਹ ਪ੍ਰੈਕਟੀਕਲ ਅਸਲੀਅਤ ਇਹ ਹੈ। ਬਿਲਕੁਲ ਬਿਲਕੁਲ ਠੀਕ ਹੈ। ਕਾਰਪੋਰੇਟ ਤੋਂ ਬਿਨਾਂ ਕੋਈ ਦੇਸ਼ ਨਹੀਂ ਚੱਲੂਗਾ। ਉਹ ਕਾਰਪੋਰੇਟਸ ਪ੍ਰਫੁੱਲਿਤ ਹੋਣਗੀਆਂ ਤਾਂ ਜੋਬਸ ਆਉਣਗੀਆਂ। ਠੀਕ ਹੈ, ਅਤੇ ਹੋਰ ਉਹਨਾਂ ਨੂੰ ਦੇਖ ਕੇ ਲੋਕ ਅੱਗੇ ਵਧਣਗੇ ਕਿ ਯਾਰ ਜੇ ਉਹਦਾ ਉਹ ਬਿਜ਼ਨਸ ਕਰ ਰਿਹਾ, ਦੂਜਾ ਸੂਈਆਂ ਬਣਾਵੇ, ਇੱਕ ਬਟਨ ਬਣਾਊਗਾ, ਇੱਕ ਬੂਟ ਬਣਾਊਗਾ। ਚਾਈਨਾ ਦੇ ਵਿੱਚ ਇਕੱਲੇ ਇਕੱਲੇ ਪੁਰਜੇ ਵਾਸਤੇ ਪਿੰਡ ਦਾ ਪਿੰਡ ਲੱਗਿਆ ਹੋਇਆ ਜੀ। ਬਾਈ ਜੀ, ਸਾਡੇ ਕੈਨੇਡਾ ਅਮਰੀਕਾ 'ਚ ਉੱਧਰ ਫਰਨੀਚਰ ਤੋਂ ਲੈ ਕੇ, ਸੋਫੇ ਤੋਂ ਲੈ ਕੇ, ਆ ਤੁਹਾਡੇ ਮਾਈਕ ਤੋਂ ਲੈ ਕੇ, ਤੁਹਾਡੀ ਆ ਪਲਾਸਟਿਕ ਤੋਂ ਲੈ ਕੇ, ਸਾਡੇ ਆ ਕੜਿਆਂ ਤੋਂ ਲੈ ਕੇ, ਈਵਨ ਸਾਡੇ ਗੁਰੂ ਗ੍ਰੰਥ ਸਾਹਿਬ ਵੀ ਜੇ ਉੱਥੇ ਤੁਸੀਂ ਆਰਡਰ ਦੇ ਦਿਓ, ਉਹ ਵਧੀਆ ਕੁਆਲਿਟੀ ਦੇ ਛਾਪ ਕੇ ਦੇ ਦੇਣਗੇ ਸਾਨੂੰ। ਵਧੀਆ ਪੇਪਰ, ਅੱਛਾ ਪੇਪਰ, ਅੱਛਾ ਕੁਆਲਿਟੀ ਵਧੀਆ ਦੇ ਦੇਣਗੇ। ਉਹ ਹਰੇਕ ਝੰਡੇ ਤੋਂ ਲੈ ਕੇ, ਕੈਨੇਡਾ ਦੇ ਝੰਡੇ ਤੋਂ ਲੈ ਕੇ ਹਰੇਕ ਕੰਟਰੀ ਦਾ ਝੰਡਾ ਵੀ ਬਣਾਉਂਦੇ ਆ ਉਹ। ਬਾਈ ਜੀ, $1 ਤੋਂ ਲੈ ਕੇ ਉਹ $100 ਤੱਕ ਦੀ, $150,000 ਤੱਕ ਦਾ ਫੋਨ ਵੀ ਬਣਾਉਂਦੇ ਆ ਉਹ। ਟੋਏ ਫੋਨ ਵੀ ਬਣਾਉਂਦੇ ਆ, ਨਕਲੀ ਵਾਲ ਵੀ ਬਣਾਉਂਦੇ ਆ, ਜਰਾਬਾ ਵੀ ਬਣਾਉਂਦੇ ਆ, ਗਲਵਸ ਵੀ ਬਣਾਉਂਦੇ ਆ। ਉੱਥੇ ਡੋਲਰਾਮਾ ਕਹਿੰਦੇ ਆ ਉਸ ਸਟੋਰ ਨੂੰ। ਉੱਥੇ $1 to $5 ਦੇ ਵਿੱਚ ਤੁਹਾਨੂੰ ਘਰ ਦੀ ਜ਼ਰੂਰਤ ਦੀ ਹਰੇਕ ਚੀਜ਼ ਮਿਲ ਜਾਂਦੀ ਹੈ। ਸੋ ਉਹ ਸਾਡੇ ਦੇਸ਼ 'ਚ ਵੀ ਤਾਂ ਹੀ ਪ੍ਰਫੁੱਲਿਤ ਹੋਊਗਾ ਨਾ, ਜੇ ਅਸੀਂ ਉਸ ਪਾਸੇ ਵੱਲ ਨੂੰ ਵਧਾਂਗੇ। ਪਰ ਅਸੀਂ ਤਾਂ ਉੱਥੇ ਸਾਨੂੰ ਬਿਜਲੀ, ਪਾਣੀ ਸਭ ਬਿੱਲ ਦੇਣਾ ਪੈਂਦਾ। ਜਿਹੜਾ ਅਸੀਂ ਪੀਂਦੇ ਹਾਂ ਪਾਣੀ, ਜਿਹੜਾ ਨਹਾਉਂਦੇ ਹਾਂ, ਉਹ ਅਲੱਗ ਹੈ ਜਿਹੜਾ ਯੂਜ਼ ਹੋ ਰਿਹਾ। ਜਿਹੜਾ ਪਾਣੀ ਫਲੱਸ਼ ਰਾਹੀਂ ਬਾਹਰ ਡਰੇਨ 'ਚ ਜਾ ਰਿਹਾ, ਉਹ ਪਾਣੀ ਦਾ ਵੀ ਬਿੱਲ ਦੇਣਾ ਪੈਂਦਾ। ਤਾਂ ਉੱਥੇ ਸਹੂਲਤਾਂ ਨੇ। ਠੀਕ ਹੈ, ਹਰ ਕੋਈ ਮਿਹਨਤ ਕਰਨ ਜਾਂਦਾ। ਜੇ ਬਾਈ ਵਿਹਲੜੀ ਬਣਾ ਕੇ ਬਿਠਾ ਦੇਣੇ ਆ ਤਾਂ ਬਰਬਾਦੀ ਬਹੁਤੀ ਦੂਰ ਨਹੀਂ ਹੈਗੀ। ਅਤੇ ਬਾਕੀ ਚੀਜ਼ ਹੋਰ ਦੱਸੋ, ਅੱਜ ਹੁਣ ਤੁਸੀਂ ਪਾਣੀਆਂ ਦੀ ਗੱਲ ਕੀਤੀ ਹੈ ਵੀ ਉੱਥੇ ਪਾਣੀਆਂ ਦੇ, ਅਤੇ ਜਿਹੜੇ ਰਾਜਸਥਾਨ ਨੂੰ ਪਾਣੀ ਜਾਂਦੇ ਨੇ, ਨਹਿਰਾਂ ਸਾਡੀਆਂ ਜਾ ਰਹੀਆਂ ਨੇ ਅਤੇ ਪਾਣੀਆਂ ਦਾ ਰੌਲਾ ਚੱਲ ਰਿਹਾ, ਤੁਹਾਨੂੰ ਕੀ ਲੱਗਦਾ ਵੀ ਰਾਜਸਥਾਨ ਤੋਂ ਬਿੱਲ ਨਹੀਂ ਲੈਣੇ ਚਾਹੀਦੇ? ਜਿਹੜਾ ਸਾਡੇ ਪੰਜਾਬ ਦਾ ਪਾਣੀ ਬੇਸਿਕਲੀ ਰਾਜਸਥਾਨ ਨੂੰ ਫ੍ਰੀ ਭੇਜਿਆ ਜਾ ਰਿਹਾ, ਇਹ ਇੱਕ ਵੱਡੀ ਇਨਕਮ ਸੋਰਸਿਸ ਨਹੀਂ ਹੋ ਸਕਦਾ? ਤੁਸੀਂ ਕੀ ਸੋਚਦੇ ਇਹਦੇ ਬਾਰੇ? ਮੈਂ ਕਹਿੰਦਾ ਜੀ, ਜਿਹੜੀ ਚੀਜ਼, ਜਿਹੜੀ ਐਜ਼ ਪਰ ਲਾਅ ਜਿਹੜਾ ਪ੍ਰੋਡਕਟ ਪੰਜਾਬ 'ਚੋਂ ਕਿਤੇ ਵੀ ਵਿਕ ਰਿਹਾ ਹੈ ਨਾ, ਤਾਂ ਉਹਦਾ ਹਰੇਕ ਚੀਜ਼ ਦਾ ਪੰਜਾਬ ਨੂੰ ਪੈਸਾ ਆਉਣਾ ਚਾਹੀਦਾ। ਕਿਉਂਕਿ ਪੰਜਾਬ ਕੋਲ ਬਾਰਡਰਿੰਗ ਸਟੇਟ ਹੋਣ ਕਰਕੇ ਬਾਰਡਰ ਉੱਧਰਲਾ ਖੁੱਲ੍ਹਾ ਨਹੀਂ, ਅਸੀਂ ਉੱਧਰ ਜਾ ਨਹੀਂ ਸਕਦੇ ਆਪਣਾ ਸੌਦਾ ਵੇਚਣ। ਸਾਡੇ ਕੋਲ ਇੱਕੋ ਹੀ ਚੀਜ਼ ਰਹਿ ਜਾਂਦੀ ਹੈ, ਚਲੋ ਦਿੱਲੀ। ਤਾਂ ਸਾਡੇ ਕੋਲ ਬਾਈ ਲਿਮਿਟਿਡ ਰਿਸੋਰਸਿਸ ਨੇ। ਜੇ ਲਿਮਿਟਿਡ ਰਿਸੋਰਸਿਸ ਨੇ ਤਾਂ ਜੇ ਸਾਡਾ ਪਾਣੀ ਹੈ, ਉਹ ਪਾਣੀ ਅਗਰ ਸਾਡੀ ਸਟੇਟ 'ਚੋਂ ਲੰਘ ਕੇ ਜਾਂਦਾ, ਜੇ ਕੱਲ੍ਹ ਨੂੰ ਹੜ੍ਹ ਆਉਂਦੇ ਨੇ ਤਾਂ ਡੁੱਬੂਗਾ ਤਾਂ ਪੰਜਾਬ। ਰਿਪੇਰੀਅਨ ਲਾਅ ਵੀ ਰਿਪੇਰੀਅਨ ਲਾਅ ਦੇ ਤਹਿਤ ਜਿਹੜਾ ਸਟੇਟ ਨੇ ਉਹਦਾ ਹਰਜਾਨਾ ਤਾਂ ਪੰਜਾਬ ਨੇ ਭਰਨਾ। ਤਾਂ ਫਿਰ ਉਹ ਜਿਹੜਾ ਪਾਣੀ ਲੰਘਣ ਨੂੰ ਅਸੀਂ ਦੇ ਰਹੇ ਹਾਂ, ਉਹ ਫਿਰ ਪਾਣੀ ਸਾਡਾ ਆ, ਉਹਦਾ ਪੈਸਾ ਸਾਨੂੰ ਹਰੇਕ ਸਟੇਟ ਤੋਂ ਮਿਲਣਾ ਚਾਹੀਦਾ, ਜਿਹੜੀ ਵੀ ਸਟੇਟ 'ਚੋਂ ਪਾਣੀ ਸਾਡੇ ਥਰੂ ਹੋ ਕੇ ਜਾ ਰਿਹਾ। ਇੱਕ ਚੀਜ਼ ਹੋਰ ਦੱਸੋ, ਪੰਜਾਬ ਬਾਰਡਰ ਸਟੇਟ ਆ, ਜੇ ਸਾਡਾ ਪਾਕਿਸਤਾਨ ਵਾਲਾ ਵਾਹਗਾ ਬਾਰਡਰ ਜਾਂ ਅਟਾਰੀ ਬਾਰਡਰ ਖੁੱਲ੍ਹਦਾ ਤਾਂ ਬਹੁਤ ਵੱਡੇ ਲੈਵਲ 'ਤੇ ਸਾਡਾ ਜਿਹੜਾ ਸਪੋਰਟ ਐਕਸਪੋਰਟ ਦਾ ਕੰਮ ਸ਼ੁਰੂ ਹੋ ਸਕਦਾ। ਜੇ ਕਦੇ ਮੌਕਾ ਮਿਲਿਆ ਤਾਂ ਪੰਜਾਬ ਲਈ ਇਹ ਭਲਾ ਤੁਸੀਂ ਕਰਨਾ ਚਾਹੋਗੇ? ਕਿਉਂਕਿ ਇਹਨਾਂ ਸਰਕਾਰਾਂ ਦੇ ਮੈਨੂੰ ਨਹੀਂ ਲੱਗਦਾ ਕਿ ਵੱਸ ਦੀ ਗੱਲ ਆ, ਪਰ ਤੁਸੀਂ ਸੈਂਟਰ ਦੇ ਵਿੱਚ, ਤੁਹਾਡੀ ਸਰਕਾਰ ਵੀ ਆ ਅਤੇ ਤੁਸੀਂ ਸੈਂਟਰ ਦੇ ਵਿੱਚ, ਅੱਛਾ ਤੁਹਾਡਾ ਮੰਤਰੀਆਂ ਨਾਲ ਸਹਿਚਾਰ ਹੈਗਾ ਜਿੰਨਾ ਕੁ ਮੈਂ ਜਾਣਦਾ ਤੁਹਾਨੂੰ, ਹੈ ਨਾ, ਤਾਂ ਕਿਤੇ ਗੱਲ ਉੱਠੀ ਤਾਂ ਜ਼ਰੂਰ ਉਠਾਓਗੇ ਕਿ ਇਹ ਪੰਜਾਬੀਆਂ ਨਾਲ ਤੁਸੀਂ ਵਾਅਦਾ ਕਰਦੇ ਹੋ? ਮੈਂ ਜੀ, ਆਪਣੇ ਜਿੰਨੇ ਸਾਡੇ ਸੀਨੀਅਰ ਲੀਡਰ ਨੇ, ਮੈਂ ਜਦੋਂ ਜੁਆਇਨ ਹੋਇਆ, ਕਈ ਸਿੱਖ ਕੌਮ ਦੇ ਮੁੱਦੇ, ਪੰਜਾਬ ਦੇ ਸਪੈਸ਼ਲੀ ਜਿਹੜੇ ਪੰਜਾਬ ਦੇ ਮੁੱਦੇ, ਮੈਂ ਬਹੁਤ ਕੁਝ ਡਿਸਕਸ ਕੀਤਾ। ਮੈਂ ਘੱਟੋ ਘੱਟ 15 ਦਿਨ ਮੀਟਿੰਗ ਕੀਤੀ ਹੈ ਜੁਆਇਨ ਹੋਣ ਤੋਂ ਪਹਿਲਾਂ, ਵੀ ਬਾਈ ਜੀ ਮੈਂ ਇਸ ਕਿਸਮ ਦਾ ਆਇਆ, ਮੇਰਾ ਚੈੱਕ ਕਰ ਲਓ। ਉਹਨਾਂ ਨੂੰ ਸਾਰਾ ਬਾਇਓਡਾਟਾ ਭੇਜਿਆ ਵੀ ਪੰਜਾਬ ਦੀਆਂ ਅਸਲੀ ਸਮੱਸਿਆਵਾਂ ਇਹ ਨੇ, ਪੰਜਾਬ ਦੇ ਵਿੱਚ ਜਿਹੜੀ BJP ਪ੍ਰਤੀ ਜਿਹੜੀ ਭ੍ਰਾਂਤੀ ਬਣਾਈ ਹੋਈ ਹੈ, ਜਿਹੜੀ ਇੱਕ ਇੰਪ੍ਰੈਸ਼ਨ ਬਣਾਇਆ ਹੋਇਆ, ਇਹਨਾਂ ਨੂੰ ਸਪੈਸ਼ਲੀ ਇੱਕ ਧਰਮ ਦੀ ਪਾਰਟੀ ਬਣਾ ਕੇ ਬਣਾਇਆ ਹੋਇਆ। ਜਦਕਿ ਮੈਂ ਖੁਦ ਦੇਖਿਆ ਬਾਈ ਜੀ, ਸਿੱਖ ਕੌਮ ਲਈ ਬਹੁਤ ਉਦਾਰ ਹੈ ਇਹ ਪਾਰਟੀ, ਇਹ ਹਰੇਕ ਧਰਮ ਲਈ ਬੜੀ ਉਦਾਰ ਹੈ ਪਾਰਟੀ। ਇਹ ਇੱਦਾਂ ਕਦੀ ਦੇਸ਼ ਚੱਲ ਹੀ ਨਹੀਂ ਸਕਦਾ, ਬਿਕੋਜ਼ ਤੁਸੀਂ ਹੁਣ ਇਕੱਲੇ ਇੱਥੇ ਨਹੀਂ ਨਾ ਹੈਗੇ, ਤੁਹਾਨੂੰ ਅੱਜ ਸਾਰੀ ਦੁਨੀਆ ਦੇਖਦੀ ਹੈ ਸੋਸ਼ਲ ਮੀਡੀਆ ਦੇ ਥਰੂ। ਸੋ ਯੂ ਹੈਵ ਟੂ ਟੇਕ ਐਵਰੀਬਡੀ ਅਲੋਂਗ। ਤਾਂ ਮੈਂ ਹਰ ਜਗ੍ਹਾ 'ਤੇ ਜਿੱਥੇ ਜਿੱਥੇ ਮੇਰਾ ਵੱਸ ਚੱਲਿਆ, ਉੱਥੇ ਆਵਾਜ਼ ਚੱਕ ਚੁੱਕਿਆ। ਅਤੇ ਜਿਹੜੀ ਪਾਕਿਸਤਾਨ ਦੇ ਥਰੂ ਰਸਤਾ ਆ, ਜੇ ਮੋਦੀ ਸਾਹਿਬ ਨੇ ਸਾਡੇ ਗੁਰੂ ਘਰ ਵਾਸਤੇ ਰਸਤਾ ਖੁੱਲ੍ਹਵਾ ਤਾ, ਕਰਤਾਰਪੁਰ ਕੋਰੀਡੋਰ ਮੋਦੀ ਸਾਹਿਬ ਦੀ ਸਹਿਮਤੀ ਤੋਂ ਬਿਨਾਂ ਖੁੱਲ੍ਹ ਸਕਦਾ ਸੀ? ਨਹੀਂ ਖੁੱਲ੍ਹ ਸਕਦਾ ਨਾ। ਮੋਦੀ ਸਾਹਿਬ ਨੇ ਖੁੱਲ੍ਹਵਾਇਆ, ਅਤੇ ਮੋਦੀ ਸਾਹਿਬ ਨੂੰ ਜੇ ਅਸੀਂ ਸਹੀ ਤਰੀਕੇ ਨਾਲ ਆਪਣੇ ਪੰਜਾਬ ਦੇ ਫੈਕਟਸ ਰੱਖ ਕੇ, ਪੰਜਾਬ ਦਾ ਦਰਦ ਰੱਖ ਕੇ, ਪੰਜਾਬ ਦੀਆਂ ਮਜਬੂਰੀਆਂ ਰੱਖ ਕੇ ਅਸੀਂ ਆਪਣੀ ਗੱਲ ਕਰਾਂਗੇ, ਕਰਕੇ ਜਿੰਨਾ ਹੋ ਸਕਿਆ ਪੰਜਾਬ ਲਈ ਅਸੀਂ ਵੱਧ ਤੋਂ ਵੱਧ ਕਾਰੋਬਾਰ,
ਵੱਧ ਤੋਂ ਵੱਧ ਟ੍ਰੇਡ, ਵੱਧ ਤੋਂ ਵੱਧ ਐਜੂਕੇਸ਼ਨ ਲਈ, ਹੈਲਥ ਲਈ, ਜੋ ਜੋ ਲਿਆ ਸਕਦੇ ਹੋਏ ਅਸੀਂ ਲੈ ਕੇ ਆਵਾਂਗੇ। ਕਿਉਂਕਿ ਲੋਕਾਂ ਨੂੰ ਮੈਂ ਇੱਕੋ ਹੀ ਗੱਲ ਕਹਿਣਾ ਚਾਹੁੰਦਾ, ਪਹਿਲਾਂ ਵੀ ਜਦੋਂ ਪ੍ਰਚਾਰ ਕਰ ਰਿਹਾ ਸੀ ਮੈਂ ਉਦੋਂ ਵੀ ਕਿਹਾ, ਜੇ ਵਿੱਚ ਵਿਚੋਲਾ ਪਾਉਂਗੇ ਤਾਂ ਵਿਚੋਲਾ ਬਾਈ ਜੀ ਸਟੇਟ ਨੂੰ ਫਾਇਦਾ ਨਹੀਂ ਕਰੂਗਾ, ਆਪਣਾ ਆਪਣੀ ਐਡਵਰਟਾਈਜ਼ਿੰਗ 'ਤੇ ਪੈਸੇ ਲਾ ਦੂਗਾ। ਹੁਣ ਕਣਕ ਦੇ ਪੈਸੇ ਆਉਂਦੇ ਆ ਸੈਂਟਰ ਤੋਂ, ਇਹਨਾਂ ਨੇ ਜਿਹੜੇ ਆਹ ਗੁਣ ਦਿਖਾਏ ਹੈ, ਕਹਿੰਦਾ ਜੀ ਆਹ ਕਣਕ ਦੇ ਪੈਸੇ ਕਿਸਾਨਾਂ ਨੂੰ ਦਿੱਤੇ। ਯਾਰ ਤੁਸੀਂ ਕਿੱਥੋਂ ਦਿੱਤੇ? ਸੈਂਟਰ ਨੇ ਦਿੱਤੇ ਨੇ, ਪਰ ਇਹ ਐਡ ਆਪਣੀ ਕਰ ਰਹੇ ਵੀ ਅਸੀਂ ਦਿੱਤੇ। ਅਤੇ ਜੇ ਸੈਂਟਰ ਉਹ ਦੇ ਸਕਦਾ, ਸੈਂਟਰ ਬਹੁਤ ਕੁਛ ਦੇ ਸਕਦਾ, ਪਰ ਮੰਗਣ ਵਾਲੇ ਨੂੰ ਵੀ ਬਾਈ ਜੀ ਇੱਕ ਪਾਸੇ ਇਹਨਾਂ ਦਾ ਉੱਥੇ ਕੇਜਰੀਵਾਲ ਜਿੱਦਣ ਪਹਿਲੀ ਵਾਰੀ ਭਗਵੰਤ ਮੰਗਣ ਗਿਆ ਪੈਸੇ, ਪਹਿਲੀ ਗੱਲ ਤਾਂ ਪਹਿਲੀ ਮੁਲਾਕਾਤ 'ਚ ਹੀ ਇੰਨੇ ਪੈਸੇ ਮੰਗਣੇ ਨਹੀਂ ਚਾਹੀਦੇ। ਬੰਦੇ ਨੂੰ ਥੋੜ੍ਹੀ ਬਹੁਤੀ ਇਹ ਦੇਖਣਾ ਚਾਹੀਦਾ ਵੀ ਪਹਿਲਾਂ ਜਾ ਕੇ ਇੱਕ ਦੂਜੇ ਨੂੰ ਸਹਿਚਾਰੀ ਮੀਟਿੰਗ ਹੁੰਦੀ ਹੈ, ਇੱਕ ਹੈ ਨਾ ਇੱਕ ਇੰਟਰੋਡਕਟਰੀ ਮੀਟਿੰਗ, ਪਹਿਲੀ ਵਾਰ 'ਚ ਤੁਸੀਂ ਪੈਸੇ ਮੰਗਣ ਤੁਰ ਪਏ, ਕੀ ਮੋਦੀ ਸਾਹਿਬ ਨੂੰ ਵਿੱਚ ਕੌਨਫੀਡੈਂਸ 'ਚ ਲੈ ਕੇ ਇਹ ਛੂਟਾਂ ਦਿੱਤੀਆਂ ਸੀ, 1000 ਰੁਪਏ ਔਰਤਾਂ ਨੂੰ ਦੇਵਾਂਗੇ, ਅਸੀਂ ਐਂ ਕਰਾਂਗੇ ਉਹ ਕਰਾਂਗੇ, ਇੱਥੋਂ ਇੰਨੇ ਪੈਸੇ ਆ ਜਾਣਗੇ, ਰੇਤੇ 'ਚੋਂ ਆ ਜਾਣਗੇ, ਕਰਪਸ਼ਨ ਘਟਾ ਦਾਂਗੇ। ਕੇਜਰੀਵਾਲ ਸਾਹਿਬ ਕਹਿੰਦੇ ਮੈਂ ਪੂਰੀ ਪਲੈਨਿੰਗ ਕੇ ਸਾਥ ਚਲਤਾ ਹੂੰ। ਪਲੈਨਿੰਗ ਕਿੱਥੇ ਗਈ ਵੀ? ਇਹਦਾ ਮਤਲਬ ਯੂ ਆਰ ਇਲ ਪਲੈਨਡ। ਇੱਕ ਸਿਰਫ ਐਡਵਰਟਾਈਜ਼ਿੰਗ ਕਰਕੇ ਲੋਕਾਂ ਨੂੰ ਦੱਸਿਆ ਜਾ ਰਿਹਾ, 2-4 ਸਕੂਲ ਬਣਾ ਕੇ ਉਹ ਸਕੂਲਾਂ ਦੇ ਵਿੱਚ ਘੁਮਾ ਦਿੰਦੇ ਜੀ, ਸਾਡੇ ਕੋਲ ਟਰੰਪ ਦੀ ਆਹ ਆਈ ਜੀ, ਉਹ ਆਈ ਜੀ, ਦੇਖੋ ਸਾਡੇ ਉਹ ਬਾਈ ਤੁਹਾਡੇ ਉੱਥੇ ਮਾੜੇ ਤੋਂ ਮਾੜਾ ਸਕੂਲ ਵੀ ਹੈਗਾ ਦਿੱਲੀ 'ਚ, ਉਹ ਕਿਉਂ ਨਹੀਂ ਦਿਖਾਉਂਦੇ? ਕਿੰਨੇ ਲੋਕਾਂ ਨੂੰ ਤੁਸੀਂ ਨੌਕਰੀ ਦਿੱਤੀ ਹੈ ਦਿੱਲੀ 'ਚ? ਲੋਕ ਤਾਂ ਧਰਨਿਆਂ 'ਚ ਬੈਠੇ ਨੇ ਉੱਥੇ ਨੌਕਰੀਆਂ ਲੈਣ ਨੂੰ। ਸੋ ਸਾਡੀ ਐਜ਼ ਆ ਕੋਸ਼ਿਸ਼, ਬੀਜੇਪੀ ਦਾ ਇੱਕ ਛੋਟਾ ਜਿਹਾ ਵਰਕਰ ਹੋਣ ਦੇ ਨਾਤੇ, ਵੀ ਜਿੰਨਾ ਮੈਂ ਆਪਣੇ ਪੰਜਾਬ ਨੂੰ ਫਾਇਦਾ ਕਰ ਸਕਦਾ ਹੋਇਆ, ਆਈ ਵਿਲ ਟਰਾਈ ਮਾਈ ਲੈਵਲ ਬੈਸਟ। ਪੰਜਾਬ ਦੇ ਅਧਿਕਾਰੀਆਂ ਦੀ ਮੀਟਿੰਗ ਕੇਜਰੀਵਾਲ ਦਿੱਲੀ 'ਚ ਲੈਂਦਾ, ਕੀ ਪੰਜਾਬ ਕੋਲ ਐਡਾ ਕੈਪੇਬਲ CM ਨਹੀਂ ਹੈਗਾ ਜਿਹੜਾ ਉਹਨਾਂ ਦੀ ਮੀਟਿੰਗ ਲੈ ਸਕੇ, ਉਹਨੂੰ ਦਿੱਲੀ ਸੱਦਣਾ ਪੈਂਦਾ, ਅਤੇ ਉਹ ਵਿਚਾਰੇ ਅਧਿਕਾਰੀ ਆਪਣੇ ਟਾਈਮ 'ਚੋਂ ਇੰਨੇ ਬਿਜ਼ੀ ਸ਼ਡਿਊਲ 'ਚੋਂ ਟਾਈਮ ਕੱਢ ਕੇ ਦਿੱਲੀ ਜਾਂਦੇ ਨੇ, ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਮੈਂ ਪਹਿਲਾਂ ਵੀ ਲੋਕਾਂ ਨੂੰ ਕਿਹਾ ਕਿ ਅ ਵੈਰੀ ਗੁੱਡ ਓਰੇਟਰ ਇਜ਼ ਨੋਟ ਗਰੰਟਿਡ ਟੂ ਬੀ ਅ ਵੈਰੀ ਗੁੱਡ ਐਡਮਿਨਿਸਟ੍ਰੇਟਰ। ਭਗਵੰਤ ਮਾਨ ਬੁਲਾਰਾ ਚੰਗਾ, ਪਰ ਬਾਈ ਐਡਮਿਨਿਸਟ੍ਰੇਟਰ 0 ਹੈ, ਉਹਨੂੰ ਆਪ ਕੱਖ ਨਹੀਂ ਆਉਂਦਾ, ਇਸ ਕਰਕੇ ਉਹਨੂੰ ਉਧਾਰਾ ਮੰਗਣਾ ਪੈਂਦਾ, ਚਲੋ ਜੀ ਉੱਧਰ ਨੂੰ, ਚਲੋ ਜੀ ਉੱਧਰ ਨੂੰ। ਯਾਰ ਤੂੰ ਪਾਸੇ ਹੋ ਸੀਟ ਛੱਡ, ਜੇ ਤੈਨੂੰ ਕੰਮ ਨਹੀਂ ਆਉਂਦਾ ਕਮੇਡੀ ਕਰ, ਆਮ ਆਦਮੀ ਪਾਰਟੀ 'ਚ ਬਹਿ ਕੇ ਉਹਨਾਂ ਦਾ ਸਟਾਰ ਪ੍ਰਚਾਰਕ ਬਣ ਕੇ ਕਮੇਡੀ ਕਰ। ਲੈਟ ਦਾ ਕੈਪੇਬਲ ਪਰਸਨ ਟੇਕ ਦੈਟ ਸੀਟ। ਇਕੱਲਾ ਕੇਜਰੀਵਾਲ ਇੰਟੈਲੀਜੈਂਟ ਨਹੀਂ ਰਹਿ ਗਿਆ ਬਾਈ ਜੀ, ਇਹ ਹਰੇਕ ਪੰਜਾਬੀ ਦੇ ਉੱਤੇ ਲਾਨ ਅਤੇ ਥੱਪੜ ਮਾਰਿਆ ਇਹਨਾਂ ਨੇ ਕਿ ਪੰਜਾਬੀਆਂ ਕੋਲ ਅਕਲੀ ਹੈ ਨਹੀਂ। ਜੇ ਪੰਜਾਬੀਆਂ ਕੋਲ ਅਕਲ ਹੈ ਕਿ 4 ਮੈਂਬਰ ਆਫ ਪਾਰਲੀਮੈਂਟ 2014 'ਚ ਦੇ ਸਕਦੇ ਹੈ, ਇਹਦਾ ਮਤਲਬ ਪੰਜਾਬੀਆਂ ਨੂੰ ਕਿੰਨੇ ਪਰਸੈਂਟ ਵੋਟਾਂ ਪਈਆਂ ਸੀ? ਇਹਦਾ ਮਤਲਬ 19% ਲੋਕਾਂ ਨੂੰ ਓਨੀ ਅਕਲ ਉਦੋਂ ਵੀ ਸੀ ਜਦੋਂ ਕੇਜਰੀਵਾਲ ਨੂੰ ਕੋਈ ਜਾਣਦਾ ਨਹੀਂ ਸੀ। ਤੁਹਾਨੂੰ ਕੀ ਲੱਗਦਾ ਵੀ ਫਿਰ ਉਹ ਜਿਹੜੇ ਪੰਜਾਬੀ ਨੇ ਕੀ ਉਹਨਾਂ ਦੇ ਮੂੰਹ ਤਾਂ ਨਹੀਂ ਥੁੱਕਿਆ ਕੇਜਰੀਵਾਲ ਨੇ, ਜੇ ਤਾਂ ਭਗਵੰਤ ਮਾਨ ਨੇ, ਕਿਉਂਕਿ ਭਗਵੰਤ ਮਾਨ ਨੂੰ ਆਪ ਨੂੰ ਕੁਛ ਨਹੀਂ ਆਉਂਦਾ, ਕੇਜਰੀਵਾਲ ਕਹਿੰਦਾ ਮੇਰੇ ਕੋਲ ਭੇਜ ਦੇ। ਜਿਹੜਾ ਅਫਸਰ ਹੈ ਉਹ ਕੀ ਕਹਿੰਦਾ ਯਾਰ ਅਸੀਂ ਤਾਂ ਬਸ ਬਹਿ ਜਾਂਦਾ, ਉਹ ਅਗਲਾ ਕਹਿੰਦਾ ਹਾਂਜੀ ਸਰ ਉਹਦੀ ਮਜਬੂਰੀ ਹੈ ਇਹਨਾਂ ਨੂੰ ਸਰ ਕਹਿਣਾ, ਪਰ ਅਗਲਾ ਕਹਿੰਦਾ ਅਸਲੀ ਦਾ ਕਮਾਂਡ ਉੱਥੇ ਹੈ, ਫਿਰ ਅਗਲਾ ਕਹਿੰਦਾ ਜਿੱਥੋਂ ਅਸਲੀ ਕਿਰਪਾ ਬਰਸਣੀ ਹੈ ਉੱਥੇ ਉਹ 2 ਵਾਰ ਮੱਥਾ ਟੇਕੂਗਾ। ਫਿਰ ਉਹ ਪੰਜਾਬ ਦੇ ਅਫਸਰ ਜਿਹੜੇ ਨੇ, ਕੀ ਉਹ ਆਪ ਜਿਹੜੇ IAS PCS ਨੇ ਉਹ ਵਿਚਾਰੇ ਛੋਲੇ ਦੇ ਕੇ ਤਾਂ ਨਹੀਂ ਪਾਸ ਹੋਏ? ਕੀ ਦਿੱਲੀ ਵਾਲੇ IAS ਅਫਸਰਾਂ ਨੂੰ ਜ਼ਿਆਦਾ ਅਕਲ ਹੈ? ਇਹ ਕਿੱਥੇ ਲਿਖਿਆ? ਉਹ ਜਿਹੜੇ IAS PCS ਅਫਸਰ ਪੰਜਾਬ 'ਚ ਨੇ, ਇਟ ਮੀਨਸ ਇਹ ਤੋਹਮਤ, ਇਹ ਲਾਨਤ ਉਹਨਾਂ 'ਤੇ ਵੀ ਤਾਂ ਭੇਜ ਰਿਹਾ ਭਗਵੰਤ ਮਾਨ ਕਿ ਇਹਨਾਂ ਨੂੰ ਕੱਖ ਨਹੀਂ ਆਉਂਦਾ, ਇਹ ਬੁੱਝ ਨੇ, ਕੀ ਉਹਨਾਂ 'ਤੇ ਸ਼ੱਕ ਨਹੀਂ ਹੈ ਉਹਨਾਂ ਦੀ ਕਾਬਲੀਅਤ 'ਤੇ? ਯਾਰ ਤੈਨੂੰ ਜੇ ਖੁਦ ਨਹੀਂ ਕੁਛ ਆਉਂਦਾ, ਤੂੰ ਚਾਹੁੰਦਾ ਕੀ ਹੈ? ਤੂੰ ਉਹਨਾਂ ਨਾਲ ਬੈਠ ਕੇ ਡਿਸਕਸ ਕਰ ਵੀ ਮੈਨੂੰ ਯਾਰ ਇੱਦਾਂ ਦਾ ਕੁਛ ਬਣਾ ਦਿਉ। ਜੇ ਯਾਰ ਸੁਖਬੀਰ ਬਾਦਲ ਪਾਣੀ ਵਾਲੀ ਬੱਸ ਚਲਾ ਸਕਦਾ, ਸਿਰਫ ਉਹਨੇ ਸੋਚਿਆ ਨਾ ਚੱਲੂਗੀ, ਚਲਾ ਵੀ ਦਿੱਤੀ, ਉਹਨੇ ਚਲਾਤੀ, ਠੀਕ ਹੈ, ਚੱਲ ਤਾਂ ਗਈ, ਹਾਂ, ਚਾਹੇ ਉਹਨੇ ਡਮਰੂ ਵਜਾਇਆ, ਹੈ ਨਾ ਬਾਈ, ਉਹੋ ਜਿਹਾ ਹੀ ਤੂੰ ਹੈ, ਤੂੰ ਉਹ ਤੋਂ ਘੱਟ ਕਿੱਥੇ ਹੈ? ਉਹ ਜਿਹੜੇ ਤੂੰ ਸ਼ਗੂਫੇ ਛੱਡਦਾ ਅੰਗਰੇਜ਼ ਪੜ੍ਹਨ ਆਇਆ ਕਰਨਗੇ ਇੱਥੇ, ਅੰਗਰੇਜ਼ ਨੌਕਰੀ ਲੈਣ ਆਇਆ ਕਰਨਗੇ ਇੱਥੇ, ਉਹ ਪਹਿਲਾਂ ਇੱਥੇ ਵਾਲੇ ਤੇਰੇ ਜਵਾਕ ਤਾਂ ਦੋਨੋਂ ਯਾਰ ਬਾਹਰ ਗਏ ਹੋਏ ਨੇ, ਪਹਿਲਾਂ ਆਪਣੇ ਘਰ ਤੋਂ ਤਾਂ ਸ਼ੁਰੂ ਕਰ। ਤੂੰ ਕਿਹੜੀ ਗੱਲਾਂ ਕਰਦਾ ਵੀ ਬਾਹਰੋਂ ਲੋਕ ਆਉਣਗੇ? ਜਿਹੋ ਜਿਹੀ ਗੱਪ ਸੁਖਬੀਰ ਛੱਡਦਾ ਸੀ ਉਹ ਤੋਂ ਵੱਡੀ ਇਹ ਛੱਡ ਦਿੰਦਾ, ਕਿਉਂਕਿ ਇਹਦੀ ਐਕਸਪਰਟੀਜ਼ ਹੈ, ਇਹ ਮਾਲਕ ਹੈ ਗੱਪਾਂ ਦਾ, 25 ਸਾਲ ਤਾਂ ਇਹਨੇ ਗੱਪਾਂ ਦੇ ਸਿਰ 'ਤੇ ਰੋਟੀ ਖਾਧੀ ਹੈ ਵਿਚਾਰੇ ਨੇ, ਕਮੇਡੀ ਦੇ ਸਿਰ 'ਤੇ। ਸੋ ਇਹ ਜਿਹੜੇ ਸ਼ਗੂਫੇ ਨੇ, ਇਹ ਸ਼ਗੂਫੇ ਪੰਜਾਬ ਦਾ ਕੋਈ ਭਲਾ ਨਹੀਂ ਕਰਨਗੇ।
ਪੰਜਾਬ ਦੇ ਹਰ ਮੁੱਦੇ 'ਤੇ ਜਿਵੇਂ ਤੁਸੀਂ ਕਹਿੰਦੇ ਹੋ ਕਿ ਦਿੱਲੀ ਜਾਣਾ ਪੈਂਦਾ, ਅਫਸਰਾਂ ਨੂੰ ਵੀ ਦਿੱਲੀ ਸੱਦਿਆ ਜਾਂਦਾ, ਇਹਦਾ ਮਤਲਬ ਅਨਡਾਇਰੈਕਟ ਤਰੀਕੇ ਨਾਲ ਕੇਜਰੀਵਾਲ ਹੀ ਪੰਜਾਬ ਨੂੰ ਗਵਰਨ ਕਰ ਰਿਹਾ ਅਤੇ ਸੀ ਐੱਮ ਐਜ਼ ਏ ਪੰਜਾਬ ਦੇ ਵਿੱਚ ਕੇਜਰੀਵਾਲ ਹੀ ਕਰ ਰਿਹਾ ਸਭ ਕੁਛ, ਭਗਵੰਤ ਮਾਨ ਦਾ ਫਿਰ ਮੂਹਰੇ ਦਿਖਾਉਣ ਵੀ ਰੱਖਿਆ ਹੋਇਆ। ਇਹਨੂੰ ਤਾਂ ਬਾਈ ਜੀ ਸਕ੍ਰਿਪਟ ਆਉਂਦੀ ਹੈ ਇੱਕ, ਵੀ ਇੰਨਾ ਕੁ ਨਾ ਘਰ ਬਹਿ ਕੇ ਬੋਲਦੀ, ਘਰ ਇਹਦਾ ਹੁਣ ਸੈਕਟਰੀਏਟ ਹੈ, ਉੱਥੇ ਸਟੂਡੀਓ ਬਣਾ ਤਾ, ਉੱਥੋਂ ਬਣਾ ਕੇ ਬੋਲ ਦਿੰਦਾ। ਕਦੋਂ ਮੀਡੀਆ ਅੱਗੇ ਇੱਕ ਵਾਰੀ ਆਇਆ ਹੁਣ ਪਰਸੋਂ ਤਲਵੰਡੀ ਸਾਹਿਬੋਂ, ਉੱਥੇ ਇਲਜ਼ਾਮ ਲੱਗ ਗਿਆ ਕਹਿੰਦੇ ਦਾਰੂ ਪੀਤੀ ਹੈ, ਸ਼ਾਇਦ ਇਸੇ ਕਰਕੇ ਇਹਨੂੰ ਬਾਹਰ ਨਹੀਂ ਨਿਕਲਣ ਦਿੰਦੇ, ਮੇ ਬੀ ਉਹਦੀ ਆਦਤ 'ਤੇ ਉਹਦਾ ਕੰਟਰੋਲ ਨਹੀਂ ਹੈਗਾ, ਸ਼ਾਇਦ ਇਸੇ ਕਰਕੇ ਉਹਨੂੰ ਮੀਡੀਆ ਦੇ ਅੱਗੇ ਜ਼ਿਆਦਾ ਮੁਖਾਤਿਬ ਨਹੀਂ ਹੋਣ ਦਿੰਦੇ। ਉਹ ਉੱਥੇ 10 ਕੁ ਵਜੇ ਉਹ ਤੋਂ ਬੁਲਾ ਲੈਂਦੇ, ਉਹ ਤੋਂ ਬਾਅਦ ਕਹਿੰਦੇ ਹੁਣ ਤੁਸੀਂ ਚਿੱਲ ਕਰੋ। ਹੁਣ ਇਸ ਬੰਦੇ ਨੂੰ ਜੇ ਸੱਚਮੁੱਚ ਕੁਛ ਆਉਂਦਾ ਹੋਵੇ ਤਾਂ ਬਾਈ ਜੀ ਲੋਕਾਂ ਨੇ ਵੋਟ ਇਹਦੇ ਮੂੰਹ ਨੂੰ ਜ਼ਿਆਦਾ ਪਾਈ ਹੈ, ਕੇਜਰੀਵਾਲ ਦੇ ਮੂੰਹ ਨੂੰ ਘੱਟ ਪਾਈ ਹੈ। ਅੱਜ ਇਹ ਲੋਕਾਂ ਦਾ ਮਾਈ ਬਾਪ ਅਸਲ 'ਚ ਕੇਜਰੀਵਾਲ ਨੂੰ ਹੀ ਬਣਾਈ ਜਾ ਰਿਹਾ, ਜਿਹਦਾ ਹਰਜਾਨਾ ਇਹਨੂੰ ਤਾਂ ਕੀ ਫਰਕ ਪੈਣਾ। ਇਹਨੇ ਤਾਂ ਮੌਜ ਲੈ ਲਈ ਵੀ ਸੀ ਐੱਮ ਬਣ ਗਏ, ਬਸ ਇੱਕ ਤਖਤੀ ਲੱਗ ਗਈ, ਸਾਰੀ ਉਮਰ ਲੋਕ ਪੁਸ਼ਤਾਂ ਯਾਦ ਕਰ ਰਹੇ, ਹਾਂ ਇਹਨਾਂ ਦੇ ਘਰ ਦਾ ਵੀ ਸੀ ਐੱਮ ਹੋਇਆ, ਪਰ ਪੰਜਾਬ ਇਹਦਾ ਹਰਜਾਨਾ ਭੁਗਤੂਗਾ। ਸਾਡੇ ਬਹੁਤ ਕੈਪੇਬਲ ਲੋਕ ਆ, ਪਰ ਉਹ ਸਾਰੇ ਕੈਪੇਬਲ ਲੋਕ ਇੱਕ ਪਾਸੇ ਕਰਕੇ ਕੇਜਰੀਵਾਲ ਕਿਸੇ ਨੂੰ ਸ਼ਾਈਨ ਨਹੀਂ ਕਰਨ ਦਊਗਾ। ਉਹਨੂੰ ਇਸ ਲਈ ਰੱਖਿਆ ਇਹਨੂੰ ਕਿ ਇਹਦਾ ਬੱਚੇ ਦਾ ਨਹੀਂ ਹੁੰਦਾ, ਚੱਲ ਇਹਦਾ ਭੁੱਸ ਪੂਰਾ ਕਰ ਦਿਉ। ਕਾਹਨੂੰ, ਹੁਣ ਬੱਚਾ ਜਿੱਦ ਕਰਦਾ, ਆਪਣੇ ਬੱਚੇ ਦੀ ਜਾਨ ਤੁਹਾਡੇ ਨਾਲ ਲੈ ਲੈਣੀ ਹੈ। ਚਲੋ ਬੜਾ ਲੱਕੀ ਹੈ ਜਦੋਂ ਦਾ ਇਹ ਬੱਚਾ ਸਾਡੇ ਕੋਲ ਹੋਇਆ ਨਾ, ਉਦੋਂ ਦਾ ਸਾਡਾ ਬਿਜ਼ਨਸ ਬੜਾ ਵਧੀਆ ਚੱਲਿਆ। ਜਦੋਂ ਦਾ ਭਗਵੰਤ ਮਾਨ ਇੱਕ ਚੰਗਾ ਓਰੇਟਰ ਸੀ, ਇਹਨੂੰ ਚੰਗੀ ਤਰ੍ਹਾਂ ਵਰਤਿਆ, ਇਹ ਜਿਵੇਂ ਕਲਾਕਾਰੀ 'ਚ ਮੇਲੇ ਲੁੱਟ ਕੇ ਲਿਆਉਂਦਾ ਸੀ, ਅਜੀਤ ਅਤੇ ਟ੍ਰਿਬਿਊਨ ਸਭ ਅਖਬਾਰਾਂ 'ਚ ਆਉਂਦਾ ਹੁੰਦਾ ਸੀ, ਅੱਜ ਫਲਾਣੀ ਜਗ੍ਹਾ 'ਤੇ ਫਲਾਣੇ ਪਿੰਡ ਦਾ ਮੇਲਾ ਲੁੱਟਿਆ ਬਾਰਿਸ਼ ਭਰਾਵਾਂ ਨੇ, ਅੱਜ ਫਲਾਣੀ ਜਗ੍ਹਾ ਲੁੱਟਿਆ ਮੇਲਾ ਭਗਵੰਤ ਮਾਨ ਨੇ। ਇਹ ਅੱਜ ਤੱਕ ਵਿਚਾਰਾ ਮੇਲਾ ਹੀ ਲੁੱਟਦਾ ਸਪੀਚਾਂ ਦੇ ਕੇ, ਇਹਦੇ 'ਚ ਹੀ ਬੜਾ ਖੁਸ਼ ਹੈ, ਤਾੜੀਆਂ ਵੱਜੀਆਂ ਨਾ ਮੇਰੀ ਸਪੀਚ 'ਤੇ ਜ਼ਿਆਦਾ। ਬਸ ਇਹਦਾ ਮੇਲਾ ਲੁੱਟਣ ਤੱਕ ਰੱਖਿਆ ਹੋਇਆ, ਅਸਲੀ ਜਿਹੜਾ ਲੁੱਟਣਾ ਉਹਨਾਂ ਨੇ ਲੁੱਟਣਾ ਪੰਜਾਬ। ਜਿਵੇਂ NRI ਦਾ ਫੰਡ, ਅੱਜ ਤੱਕ ਕਿਸੇ ਨੇ ਹਿਸਾਬ ਨਹੀਂ ਦਿੱਤਾ ਕਿੰਨਾ ਪੈਸਾ ਆਇਆ, ਜਦੋਂ ਕਾਣੇ ਹੁੰਦੇ ਹੋ ਉਦੋਂ ਹੀ ਹਿਸਾਬ ਨਹੀਂ ਦਿੰਦੇ। ਇਹ ਤਾਂ ਕਹਿੰਦੇ ਸੀ ਟ੍ਰਾਂਸਪੇਰੈਂਸੀ ਰੱਖਾਂਗੇ, ਪਾਰਦਰਸ਼ੀ, ਕਿੱਥੇ ਆ ਪਾਰਦਰਸ਼ੀ ਸਿਸਟਮ, ਕੋਈ ਸਿਕਿਉਰਿਟੀ ਨਹੀਂ ਲਵਾਂਗੇ। ਪੰਜਾਬ ਤੋਂ ਸਿਕਿਉਰਿਟੀ ਭੇਜੀ ਹੈ ਪੰਜਾਬ ਭਗਵੰਤ ਮਾਨ ਨੇ ਕੇਜਰੀਵਾਲ ਵਾਸਤੇ, ਇਹਦਾ ਮਤਲਬ ਕੀ ਹੈ ਕਿ ਟੈਕਸ ਦੇਣਗੇ ਪੰਜਾਬੀ, ਸਿਕਿਉਰਿਟੀ ਹੋਊਗੀ ਕੇਜਰੀਵਾਲ ਦੀ। ਇਹ ਕਹਿੰਦਾ ਹੁੰਦਾ ਸੀ, ਕਹਿੰਦਾ ਇਹਨਾਂ ਲੋਕਾਂ ਤੋਂ ਡਰਨ ਦੀ ਕੀ ਲੋੜ ਹੈ। ਸੁਖਬੀਰ ਬਾਦਲ ਨੂੰ ਉਹਨਾਂ ਸਭ ਨੂੰ ਕਹਿੰਦਾ ਨਹੀਂ ਸੀ ਹੁੰਦਾ, ਸਿਕਿਉਰਿਟੀਆਂ ਤਾਂ ਕਹਿੰਦਾ ਉਹ ਲੈਂਦਾ, ਕਹਿੰਦਾ ਮੈਂ ਤਾਂ ਚੱਲ ਜਾਂਦਾ ਲੋਕਾਂ 'ਚ, ਹੁਣ ਫਿਰ ਉਹਨੂੰ ਸਿਕਿਉਰਿਟੀ ਕਿਉਂ ਭੇਜਦਾ ਜੇ ਉਹ ਐਡਾ ਚੰਗਾ, ਅਤੇ ਫਿਰ ਸਿਕਿਉਰਿਟੀ ਦੀ ਕੀ ਲੋੜ ਹੈ। ਨਾਲੇ ਸ਼ਹੀਦ ਭਗਤ ਸਿੰਘ ਸਿਕਿਉਰਿਟੀ ਲੈ ਕੇ ਘੁੰਮਦੇ ਸੀ। 300 ਯੂਨਿਟ ਮਾਫ਼ ਕੀਤੀ ਗਈ ਆ, ਪਰ ਉਹ 1 ਜੁਲਾਈ ਤੋਂ ਕਿਹਾ ਗਿਆ, ਬਿਆਨ ਆਇਆ, ਨੋਟੀਫਿਕੇਸ਼ਨ ਤਾਂ ਕੋਈ ਨਹੀਂ ਹੋਈ, ਪਰ ਜੁਲਾਈ ਤੋਂ ਕਿਉਂ, ਅੱਜ ਕਿਉਂ ਨਹੀਂ, ਜਦੋਂ ਕਿ ਗਰਮੀ ਤਾਂ ਅੱਜ ਤੋਂ ਪੈਣੀ ਸ਼ੁਰੂ ਹੋ ਗਈ ਅਤੇ ਝੋਨੇ ਲੱਗਣੇ ਆ, ਆ ਥੋੜ੍ਹੇ ਦਿਨਾਂ ਦੇ ਬਾਅਦ ਝੋਨਿਆਂ ਦੀ ਵਾਰੀ ਆ ਜਾਣੀ ਆ। ਕੀ ਲੱਗਦਾ ਵੀ 300 ਯੂਨਿਟ ਇਹ ਬਿਜਲੀ ਪੂਰੀ ਵੀ ਕਰ ਸਕਣਗੇ, ਕਿਉਂਕਿ ਪੰਜਾਬ ਦੇ ਵਿੱਚ ਕੋਲੇ ਦੀ ਵੀ ਸ਼ੋਰਟੇਜ ਆ ਰਹੀ ਆ ਪਤਾ ਲੱਗ ਰਿਹਾ, ਅਤੇ ਝੋਨਾ ਲੱਗਣ ਲਈ ਵੀ ਬਿਜਲੀ ਨਹੀਂ ਮੈਨੂੰ ਲੱਗਦਾ ਪੂਰੀ ਹੁੰਦੀ ਦਿਖ ਰਹੀ। ਪੰਜਾਬ ਦੇ ਲੋਕ ਕਹਿ ਰਹੇ ਨੇ ਕਿ ਝੋਨਾ ਲੱਗਣ ਲਈ ਜਿਹੜੀ ਹੈਗੀ ਆ ਬਿਜਲੀ ਨਹੀਂ ਪੂਰੀ ਹੋ ਰਹੀ, ਅਤੇ 300 ਯੂਨਿਟ ਮਾਫ਼ ਕਰਕੇ 4000 ਕਰੋੜ ਰੁਪਏ ਦਾ ਬਿਜਲੀ ਮਹਿਕਮੇ ਦੇ ਉੱਤੇ ਭਾਰ ਹੋਰ ਪਾ ਦਿੱਤਾ ਗਿਆ, ਅਤੇ ਕਿਵੇਂ ਚੱਲੂਗਾ ਬਿਜਲੀ ਮਹਿਕਮਾ, ਕੀ ਕਹੋਗੇ? 14000 ਕਰੋੜ ਦਾ ਭਾਅ ਜੀ, ਸੋਰੀ 14000 ਕਰੋੜ ਦਾ ਬੋਝ ਹੈ। ਇਹ ਅੱਜ ਦਾ ਅਖਬਾਰ ਹੈ ਸ਼ਾਇਦ, ਮੈਂ ਤੁਹਾਨੂੰ ਅਖਬਾਰ 'ਚ ਲਿਖਿਆ ਹੋਇਆ ਪੂਰੇ 14000 ਦਾ, ਸੋਰੀ 14000 ਕਰੋੜ ਦਾ ਬੋਝ ਪੈਣਾ ਜੀ। ਕਰਜ਼ਾ ਤੁਸੀਂ ਕਿੱਥੋਂ ਲਓਗੇ ਪੈਸੇ? ਬੋਝ ਕੀਤੇ ਪਊਗਾ ਕੀ, ਮਿਡਲ ਕਲਾਸ ਮਾਰ ਹੀ ਦੇਣੀ ਹੈ? ਬੋਝ ਤਾਂ ਵਿਚਾਰੇ ਉਹਨਾਂ 'ਤੇ ਹੋਣਾ, ਕਿਉਂਕਿ ਜਿਹੜੀ ਰਿਚ ਕਲਾਸ ਹੈ, ਲੀਟ ਕਲਾਸ ਹੈ, ਉਹ ਤਾਂ ਥੋੜ੍ਹੀ ਜਿਹੀ ਹੁੰਦੀ ਹੈ, ਜਿਹੜੇ ਸੁਪਰ ਰਿਚ ਹੁੰਦੇ ਆ ਜਿਨ੍ਹਾਂ ਨੂੰ ਕੋਈ ਫਰਕ ਨਹੀਂ ਪੈਂਦਾ, ਬਾਕੀ ਤਾਂ ਵਿਚਾਰਾ ਮਿਡਲ ਕਲਾਸ ਹੈ ਬਾਈ, ਉਹ ਸਾਰਾ ਬੋਝ ਇਹਨਾਂ 'ਤੇ ਪੈਣਾ ਮਿਡਲ ਕਲਾਸ 'ਤੇ। ਇਹਦਾ ਸਿਰਫ ਵੋਟਾਂ ਪੱਕੀਆਂ ਕਰਨ ਲੱਗੇ ਹੋਏ ਨੇ। ਸੋ ਇਸ ਕਰਕੇ ਜਿਹੜਾ 300 ਯੂਨਿਟ ਵਾਲਾ ਇਹ ਸ਼ਗੂਫਾ ਆ, ਇਹ ਵੀ ਬਾਈ ਜੀ ਤੁਸੀਂ ਇੱਕ, ਜਾਂ ਤਾਂ ਭਗਵੰਤ ਕਹੇ, ਅਪ੍ਰੈਲ ਦੀ ਸਾਡੀ ਜ਼ੁਬਾਨ ਸੀ 1 ਅਪ੍ਰੈਲ ਤੋਂ, ਅਪ੍ਰੈਲ ਮਈ ਜੂਨ ਦਾ ਤੁਹਾਡਾ ਕਿਸੇ ਦਾ ਪੂਰੇ ਪੰਜਾਬ 'ਚ ਕਿਸੇ ਦਾ ਕੋਈ ਬਿੱਲ ਨਹੀਂ ਆਊਗਾ। ਇਹ ਅਸੀਂ ਸਾਤੋਂ ਗੁਸਤਾਖੀ ਹੋਈ ਹੈ, ਅਸੀਂ ਤਿਆਰੀ ਨਹੀਂ ਸੀ ਕੀਤੀ, ਅਸੀਂ ਇਲ ਪ੍ਰਪੇਅਰਡ ਸੀਗੇ, ਅਸੀਂ ਨਲਾਇਕ ਸੀ, ਅਤੇ ਅਸੀਂ ਨਲਾਇਕ ਹਾਂ, ਇਹਦੇ ਵਾਸਤੇ ਮਾਫ਼ੀ ਮੰਗੇ ਪਹਿਲਾਂ ਤਾਂ, ਨਹੀਂ ਤਾਂ ਅਸਤੀਫਾ ਦੇਵੇ ਇਹ ਸਰਕਾਰ, ਨਹੀਂ ਤਾਂ ਅਪ੍ਰੈਲ ਮਈ ਜੂਨ ਦੇ ਲੋਕਾਂ ਦੇ ਬਿੱਲ ਇਹ ਦੇਣ। ਜਿੱਦਣ ਜੁਲਾਈ ਤੋਂ ਸ਼ੁਰੂ ਕਰੋਗੇ ਉਦਣ ਲੋਕਾਂ ਨੂੰ ਦੱਸੋ ਵੀ ਉੱਥੇ ਅਸਲ 'ਚ ਅੰਦਰ ਹੈ ਕੀ ਹੈ ਉਹਦੇ ਬਿੱਲ ਦਾ। ਐਤਕੀ ਵੀ ਨਹੀਂ ਆਏ, ਅੱਜ ਦੇ ਬਿੱਲ ਤੁਹਾਨੂੰ ਮਿਲੇ ਆ, ਇਸ ਮਹੀਨੇ ਦੇ ਬਿੱਲ ਮਿਲੇ ਤੁਹਾਨੂੰ? ਮੈਨੂੰ ਲੱਗਦਾ ਜੀ ਮਹੀਨੇ ਤੋਂ ਨਹੀਂ ਮਿਲੇ, ਕਿਸੇ ਨੂੰ ਵੀ ਨਹੀਂ ਮਿਲੇ। ਅੱਛਾ ਜੀ,
ਫਿਰ ਉਹ ਫਿਰ ਹੁਣ ਪਿਛਲੇ ਕਿਵੇਂ ਜੋੜਨਗੇ ਜਾਂ ਤਾਂ ਉਹਨੂੰ ਵਿੱਚ ਜੋੜ ਕੇ ਹੁਣ ਪੁਰਾਣੀਆਂ ਘਾਟਾਂ ਵੀ ਕੱਢੀਆਂ ਜਾਣਗੀਆਂ? ਬਾਈ ਜੀ ਕੀ ਲੱਗਦਾ ਤੁਸੀਂ ਇਹਨਾਂ ਦੇ ਨਾ ਹਾਲਾਤ ਦੇਖਦੇ ਰਹੋ, ਇੱਥੇ ਲੋਕਾਂ ਨੂੰ ਜਦੋਂ ਸੱਚ ਪਤਾ ਲੱਗਣਾ, ਕਿਉਂਕਿ ਇਹਨਾਂ ਦਾ ਕੋਸ਼ਿਸ਼ ਕੀ ਹੈ, ਅੱਗੇ ਸੰਗਰੂਰ ਦੀ ਬਾਈ ਇਲੈਕਸ਼ਨ ਹੈ, ਅੱਗੇ ਹਿਮਾਚਲ ਦੀ ਇਲੈਕਸ਼ਨ ਹੈ, ਇਹ ਅੱਗੇ ਜਿਹੜੀ ਦਿੱਲੀ 'ਚ ਵੀ ਕਾਰਪੋਰੇਸ਼ਨ ਦੀ ਇਲੈਕਸ਼ਨ ਹੈ, ਉਹਨਾਂ ਚੀਜ਼ਾਂ ਦੇ ਵਿੱਚ ਇਹ ਵੱਧ ਤੋਂ ਵੱਧ ਐਡਵਰਟਾਈਜ਼ ਕਰਕੇ ਉੱਧਰਲੀਆਂ ਸਟੇਟਾਂ 'ਚ ਇੱਕ ਚਾਨਣ ਪਾਉਣਾ ਚਾਹੁੰਦੇ, ਦੇਖੋ ਹਮਨੇ ਪੰਜਾਬ ਮੇ ਸਭ ਕਰਪਸ਼ਨ ਬੰਦ ਕਰ ਦੀ, ਸਿਰਫ ਐਡਵਰਟਾਈਜ਼ਿੰਗ ਕਰਕੇ, ਤਾਂ ਕਿ 1 ਜੁਲਾਈ ਤੱਕ ਪੰਜਾਬੀ ਉਹ ਚੁੱਪ, ਲੱਕੜ ਦਾ ਮੁੰਡਾ ਦੇ ਤਾ 1 ਜੁਲਾਈ ਤੱਕ, 1 ਜੁਲਾਈ ਤੋਂ ਬਾਅਦ ਫਿਰ ਕਹਿ ਦੇਣਗੇ ਜੀ ਥੋੜ੍ਹਾ ਜਿਹਾ ਕੰਮ ਰਹਿ ਗਿਆ ਬਸ, ਸਾਨੂੰ 2 ਮਹੀਨੇ ਹੋਰ ਦੇ ਦਿਉ, ਜਦ ਤੱਕ ਅੱਧੀਆਂ ਗਰਮੀਆਂ ਲੰਘ ਜਾਣੀਆਂ ਨੇ, ਕੀ ਕਰ ਲੈਣਗੇ ਪੰਜਾਬੀ, ਕੋਈ ਨਾ ਕੋਈ ਸ਼ਗੂਫਾ ਛੱਡ ਦੇਣਗੇ, ਅਸੀਂ ਤੁਹਾਨੂੰ ਆਹ ਲੈ ਲਓ ਲੋਲੀਪੋਪ ਲੈ ਲਓ, ਆਹ ਟੋਫੀ ਲੈ ਲਓ, ਆਹ ਤੈਨੂੰ ਘੁਮਾ ਕੇ ਲਿਆਉਣਾ, ਉਹ ਦੇਖ ਪਾਰਕ ਸੈਰ ਕਰਾ ਕੇ ਲਿਆਉਣਾ, ਇਹੋ ਜਿਹੇ ਕੰਮਾਂ 'ਤੇ ਲਈ ਰੱਖਣਾ ਲੋਕਾਂ। ਤੁਹਾਨੂੰ ਮੈਂ ਕਿਹਾ ਤਾਂ ਹੈ ਕਦੀ ਇੱਥੇ ਚੰਡ ਪਊਗੀ, ਕਦੀ ਇੱਥੇ ਅਤੇ ਕਦੀ ਗਿੱਟੇ 'ਤੇ, ਜਦ ਗਿੱਟਾ ਫੜੋਗੇ ਉਦੋਂ ਤੁਹਾਡੇ ਢਿੱਡ 'ਚ ਮੁੱਕ ਆਹ ਫੜ ਲਉਂਗੇ, ਫਿਰ ਮੂਸੇ ਵਾਲੇ ਦਾ ਕੋਈ ਕੇਸ ਖੁੱਲ੍ਹ ਜੂ, ਕੋਈ ਨਾ ਕੋਈ ਐਸਾ ਕੋਈ ਉਹਦੇ 'ਚ ਲੋਕਾਂ ਨੂੰ ਚੇਟਕ 'ਤੇ ਲਾਈ ਰੱਖਣਗੇ। ਜੇ ਜਿੰਨੇ ਵੀ ਹੁਣ ਤੁਸੀਂ ਰਿਪੋਰਟ ਕਾਰਡ ਅੱਜ ਦਿਖਾਇਆ ਕਿ ਪੰਜਾਬ ਦਾ, ਪੰਜਾਬ ਸਰਕਾਰ ਨੇ ਆਪਣਾ ਰਿਪੋਰਟ ਕਾਰਡ ਛਾਪਿਆ, ਪਰ ਇਹ ਸਾਰੇ ਬਿਆਨ ਹੀ ਨੇ, ਚੰਨੀ ਜੀ ਵਾਂਗੂ ਇੱਕ ਬਿਆਨ ਮੰਤਰੀ ਬਣ ਕੇ ਰਹਿੰਦੇ ਜਾ ਰਹੇ ਨੇ, ਇਹਨਾਂ 'ਚ ਨੋਟੀਫਿਕੇਸ਼ਨ ਤਾਂ ਕਿਸੇ ਦੀ ਵੀ ਨਹੀਂ ਹੋਈ, ਪਰ ਫਿਰ ਐਡੇ ਬਿਆਨ ਛਾਪਣ ਦੀ, ਇਹ ਬਿਆਨਾਂ ਵਾਸਤੇ ਹੀ ਐਡੇ ਐਡੇ ਖਰਚੇ ਕੀਤੇ ਜਾ ਰਹੇ ਨੇ, ਇੱਕ ਪਾਸੇ ਕਹਿ ਰਹੇ ਪੰਜਾਬ ਦਾ ਖਜ਼ਾਨਾ ਖਾਲੀ ਆ। ਬਾਈ ਜੀ ਲੋਕਾਂ ਨੂੰ ਜਿਹੜੀ ਅੱਜ ਜਿਹੜੀ ਐਜੂਕੇਟਿਡ ਕਲਾਸ ਹੈ, ਮੈਨੂੰ ਅਫਸੋਸ ਹੁੰਦਾ ਵੀ ਯਾਰ ਤੁਸੀਂ ਸੱਚ ਨੂੰ ਸੱਚ ਕਿਉਂ ਨਹੀਂ ਕਹਿੰਦੇ? ਪਹਿਲਾਂ ਤਾਂ ਚਲੋ ਪਤਾ ਨਹੀਂ ਸੀ ਲੱਗਦਾ, ਠੀਕ ਹੈ, ਯੂਥ ਨੂੰ ਉਦੋਂ ਜਦੋਂ ਅਸੀਂ ਮਤਲਬ ਤਾਂ 10ਵੀਂ 9ਵੀਂ 8ਵੀਂ 'ਚ 11ਵੀਂ 12ਵੀਂ ਜਾਂ ਗ੍ਰੈਜੂਏਸ਼ਨ 'ਚ ਵੀ ਸੀ, ਵੀ ਵਰ ਲੀਸਟ ਇੰਟਰਸਟਿਡ ਇਨ ਪੋਲੀਟਿਕਸ। ਅੱਜ ਦਾ ਯੂਥ ਜਿਹਨੂੰ ਪਤਾ ਲੱਗ ਰਿਹਾ, ਅਗਰ ਉਹ ਯੂਥ ਵੀ ਊਲ ਜਲੂਲ ਗੱਲ 'ਤੇ ਉਹ ਬੱਲੇ ਚੱਕ 'ਤੇ ਫੱਟੇ ਕੰਗਰਾ ਵਧਾਈਆਂ ਫਲਾਣ, ਜੇ ਉਹ ਵੀ ਇੱਦਾਂ ਕਰੂਗਾ ਤਾਂ ਉਹ ਵਿਚਾਰੇ ਆਪਣੇ ਆਪ ਲਈ ਟੋਆ ਪੱਟਦੇ ਪਏ ਆ। ਜਿਹੜੇ ਗਲਤ ਨੂੰ ਤੁਸੀਂ ਅੱਜ ਨਹੀਂ ਨਾ ਗਲਤ ਕਹੋਗੇ, ਜੇ ਵਿਰੋਧ ਨਹੀਂ ਕਰੋਗੇ ਤਾਂ ਬਾਈ ਜੀ ਤੁਹਾਨੂੰ ਰੋਜ਼ ਲੋਲੀਪੋਪ ਲੱਕੜ ਦੇ ਮੁੰਡੇ ਦੇਣਗੇ, ਫਿਰ ਕੱਲ੍ਹ ਨੂੰ ਤੁਸੀਂ ਪਿੱਟੀ ਜਾਣਾ ਸਾਨੂੰ ਬਾਦਲਾਂ ਨੇ ਲੁੱਟ ਲਿਆ, ਸਾਨੂੰ ਇਹਨੇ ਲੁੱਟਿਆ ਕਾਂਗਰਸ, ਸਾਨੂੰ ਆਮ ਆਦਮੀ ਪਾਰਟੀ ਨੇ ਵੀ ਲੁੱਟ ਲਿਆ, ਫਿਰ ਇੱਕ ਹੋਰ ਲੱਭ ਲਿਓ, ਇਸੇ ਕੰਮ 'ਤੇ ਲੱਗੇ ਰਹਿਣਾ। ਹੁਣ ਜਿਹੜੇ ਲਏ ਨੇ ਚੁਣੇ ਨੇ 5 ਸਾਲ, ਇਹਨਾਂ ਦਾ ਜੂਸ ਤਾਂ ਕੱਢੋ, ਪਬਲਿਕ ਸਰਵੈਂਟ ਨੇ ਸਾਰੇ, ਇਹ ਤੁਹਾਡੀਆਂ ਵੋਟਾਂ ਨਾਲ ਬਣੇ ਨੇ, ਇਹ ਤੁਹਾਡੇ ਤੋਂ ਵੱਡੇ ਥੋੜ੍ਹੀ ਨਾ ਹੋ ਗਏ, ਇਹਨਾਂ ਨੂੰ ਅੱਜ ਕੁਐਸਚਨ ਕਰੋ। ਤੁਸੀਂ ਜੇ ਆਪ ਹੀ ਵਿਗਾੜ ਲੈਣੇ ਆ ਫਿਰ ਤਾਂ ਜਾਓ, ਜੇ ਜੁੱਤੀਆਂ ਤੁਹਾਡੇ ਬਜ਼ੁਰਗਾਂ ਨੇ ਖਾਧੀਆਂ, ਦਾਦੇ ਨੇ ਖਾਧੀਆਂ, ਪੜਦਾਦੇ ਨੇ ਖਾਧੀਆਂ, ਹੁਣ ਕਹੀ ਸਾਡੇ ਵੀ ਪਲੀਜ਼ ਮਾਰਿਓ, ਸਾਡੇ ਵੀ 70 ਸਾਲ ਤੋਂ ਪੈਂਦੀਆਂ ਹੀ ਆ ਨਾ, ਥੋੜ੍ਹੀ ਖਾਧ ਜੀ ਹੋ ਰਹੀ ਹੈ, ਕਰ ਲਓ ਸਿਰ ਅੱਗੇ ਆਪਣੇ, ਮਾਰਨ ਦਿਓ ਇਹਨਾਂ ਨੂੰ ਜੁੱਤੀਆਂ, ਤੁਸੀਂ ਆਪ ਵਿਗਾੜਨੇ ਨੇ, ਇਹ ਲੋਕਾਂ ਨੇ ਵਿਗਾੜਨੇ ਇਹ ਲੋਕ ਜੀ। ਸਰਕਾਰੀ ਹਸਪਤਾਲਾਂ 'ਚ ਦਵਾਈਆਂ ਅੱਜ ਵੀ ਸ਼ੋਰਟੇਜ ਆ, ਠੀਕ ਹੈ, ਅਤੇ ਐਤਕੀ ਸਕੂਲਾਂ ਦੀਆਂ ਐਡਮਿਸ਼ਨਾਂ ਹੋਈਆਂ ਨੇ, ਠੀਕ ਆ, ਅੱਜ ਵੀ ਉਸੇ ਤਰੀਕੇ ਨਾਲ ਐਡਮਿਸ਼ਨਾਂ ਦੇ ਵਿੱਚ ਕੁਛ ਵੀ ਕੋਈ ਰਿਆਇਤ ਨਹੀਂ ਦਿੱਤੀ ਗਈ, ਜਿੰਨੀ ਫੀਸ ਸੀਗੀ ਓਨੀ ਹੀ ਫੀਸ ਲਈ ਗਈ ਆ, ਹਾਂ 100-200 ਘਟਾ ਲਿਆ ਹੋਵੇ ਤਾਂ ਕੀ ਕਹਿਣਾ, ਉਹ ਵੀ ਇਹ ਕਹਿ ਕੇ ਕਿ ਚਲੋ ਜੀ ਅਸੀਂ ਉਹ ਕਿਤਾਬਾਂ ਵਾਲੇ ਪਾਸਿਓਂ ਉਸੇ ਤਰੀਕੇ ਨਾਲ ਹੀ ਕਿਤਾਬਾਂ ਵੰਡੀਆਂ ਜਾ ਰਹੀਆਂ ਅਤੇ ਉਸੇ ਤਰੀਕੇ ਨਾਲ ਸਭ ਕੁਛ ਹੋ ਰਿਹਾ, ਪ੍ਰਾਈਵੇਟ ਸਕੂਲਾਂ ਦੀ ਮਨਮਰਜ਼ੀ ਵੀ ਉਸੇ ਤਰੀਕੇ ਨਾਲ ਹੋ ਰਹੀ ਆ, ਕਿਉਂਕਿ ਬਹੁਤ ਸਾਰੇ ਪੰਜਾਬੀਆਂ ਨੇ ਆਪਣੇ ਬੱਚੇ ਦਾਖਲ ਕਰਾਏ ਹੋਣੇ ਪ੍ਰਾਈਵੇਟ ਸਕੂਲਾਂ 'ਚ, ਉਹਨਾਂ ਨੂੰ ਦੇਖ ਲਿਆ ਹੋਣਾ ਵੀ ਸਰਕਾਰ ਦੇ ਇਸ ਸ਼ਗੋਫੇ ਦਾ ਵੀ ਕੀ ਅਸਰ ਨਿਕਲਿਆ, ਕਿਉਂਕਿ ਉਹ ਵੀ ਇੱਕ ਬਿਆਨ ਬਣ ਕੇ ਰਹਿ ਗਿਆ, ਅਤੇ ਇਹਨੂੰ ਜੇ ਹੋ ਕੁਛ ਨਹੀਂ ਰਿਹਾ ਤਾਂ ਫਿਰ ਬਿਆਨ ਦੇਣ ਦਾ ਵੀ ਕੀ ਫਾਇਦਾ, ਕੀ ਲੱਗਦਾ ਤੁਹਾਨੂੰ ਇਸ ਬਾਰੇ? ਬਾਈ ਤੁਹਾਨੂੰ ਕਹਿ ਤਾਂ ਰਿਹਾ ਨਾਟਕ ਹੈ, ਕੋਈ ਨੋਟੀਫਿਕੇਸ਼ਨ ਨਹੀਂ ਹੈ, ਸਰਕਾਰੀ ਤੌਰ 'ਤੇ ਇੱਕ ਨੋਟੀਫਿਕੇਸ਼ਨ ਨਿਕਲਦਾ, ਸਕੂਲ ਦੀ ਹਿੰਮਤ ਹੀ ਨਹੀਂ ਥੋਤੋਂ ਫਾਲਤੂ ਕਿਤਾਬਾਂ ਦੇ ਪੈਸੇ ਐਡਮਿਸ਼ਨ ਫੀਸ 'ਤੇ ਆਹ ਫੀਸ ਲੈ ਜੇ, ਕਿਉਂਕਿ ਇਹਨਾਂ ਨੂੰ ਪਤਾ ਸੀ ਐਂ ਲੋਲੀਪੋਪ ਜਾ, ਦੇਖੋ ਜੀ ਮੈਂ ਤੁਹਾਡੇ ਲਈ ਸਕੂਲਾਂ ਨੂੰ ਮੈਂ ਐਂ ਕਰਤਾ ਮੈਂ ਉਹ ਕਰਤਾ, ਸਕੂਲ ਵਾਲੇ ਕਹਿੰਦੇ ਤੂੰ ਕੋਰਟ 'ਚ ਆ ਜਾ, ਬੜੇ ਬੜੇ ਮੁੱਖ ਮੰਤਰੀ ਖਿੱਚ ਲਏ ਉਹਨਾਂ ਨੇ ਪ੍ਰਾਈਵੇਟ ਸਕੂਲ ਜਿੱਤੇ ਵੀ ਨੇ ਕੋਰਟਾਂ 'ਚ, ਉਹਨਾਂ ਨੇ ਬਾਈ ਕਰਕੇ ਜਿੱਤ ਕੇ ਆਏ ਨੇ, ਉਹਨਾਂ ਨੇ ਦਿਖਾਇਆ ਉਹ ਜਿੱਤ ਕੇ ਆਏ ਨੇ, ਇਸੇ ਕਰਕੇ ਤਾਂ ਡਰਦੇ ਨੇ, ਇਹ ਲੱਤਾਂ 'ਚ ਪੂੰਛ ਲੈ ਕੇ ਭੱਜਦੀ ਹੈ ਸਰਕਾਰ। ਗਰੀਬ ਬੰਦੇ ਨੇ ਵਿਚਾਰੇ ਨੇ 2 ਸਾਲ ਕਰੋਨਾ ਨੇ ਖਾ ਲਏ, ਉਹ ਕਹਿੰਦਾ ਯਾਰ ਜਿੰਨੀ ਕੁ ਫੀਸ ਹੈ ਭਾਈ ਦੇਣੀ ਤਾਂ ਹੈ ਹੀ ਹੈ, ਜਦੋਂ ਕਿਤੇ ਰਿਫੰਡ ਹੋਊਗੀ ਤਾਂ ਹੋ ਜੂਗੀ। ਇਹ ਵੀ ਹੁਣ ਚੁੱਪ ਕਰਕੇ ਬਹਿ ਗਏ, ਐਡਮਿਸ਼ਨਾਂ ਹੋ ਗਈਆਂ, ਕਹਿੰਦਾ ਹੁਣ ਨਵੇਂ ਪਾਸੇ ਲਾ ਦਿਉ ਲੋਕਾਂ ਨੂੰ, ਹੁਣ ਲੋਕ ਐਡਮਿਸ਼ਨਾਂ ਜਿਹਨਾਂ ਨੇ ਕਰਾਉਣੀਆਂ ਸੀ ਭੁੱਲ ਗਏ, ਹੁਣ ਬਿਜਲੀ ਦੀ ਡਿਸਕਸ਼ਨ ਸ਼ੁਰੂ ਕਰਤੀ ਇਹਨਾਂ ਨੇ, ਅਗਲੇ ਹੁਣ ਜੁਲਾਈ ਤੱਕ ਆਏ ਹਾਏ ਬਿਜਲੀ ਦੇ ਆਪਾਂ ਫ੍ਰੀ 'ਚ ਲਵਾਂਗੇ, ਆਹ ਜਿਹੜੇ ਲੋਲੀਪੋਪ ਨੇ ਇਹਦੇ ਸੁਪਨੇ ਲਈ ਜਾਓ ਤੁਸੀਂ, ਲੋਕ ਭੁੱਲ ਜਾਣਗੇ ਪੁਰਾਣੇ ਮੁੱਦਿਆਂ ਨੂੰ। ਅਤੇ ਐਂਡ ਵਿੱਚ ਪੰਜਾਬੀਆਂ ਨੂੰ ਕੀ ਸੰਦੇਸ਼ ਜੇ ਦੇਣਾ ਚਾਹੋਗੇ ਅਤੇ ਕੀ ਕਹਿਣਾ ਚਾਹੋਗੇ ਸਪੈਸ਼ਲੀ NRI ਵੀਰਾਂ ਨੂੰ, ਕਿਉਂਕਿ ਉਹਨਾਂ ਨੇ ਸਰਕਾਰ ਤੋਂ ਬਹੁਤ ਆਸਾਂ ਲਾਈਆਂ ਸੀਗੀਆਂ, ਅਤੇ ਅੱਜ 1 ਮਹੀਨੇ ਦੇ ਵਿੱਚ ਹੀ ਤੁਹਾਨੂੰ ਕੀ ਲੱਗਦਾ ਵੀ ਇਹ ਸਰਕਾਰ ਆਉਣ ਵਾਲੇ 5 ਸਾਲਾਂ 'ਚ ਸਾਡੇ ਸੋਚਾਂ ਅਤੇ ਸਾਡੇ ਮਿਆਰਾਂ 'ਤੇ ਪੂਰੀ ਉਤਰ ਪਾਊਗੀ? ਕੀ ਕਹਿਣਾ ਚਾਹੋਗੇ NRI ਵੀਰਾਂ ਨੂੰ ਅਤੇ ਕੀ ਸੁਨੇਹਾ ਦੇਣਾ ਚਾਹੋਗੇ ਸਪੈਸ਼ਲੀ ਪੰਜਾਬ ਦੇ ਵਾਸੀਆਂ ਨੂੰ? ਸੁਨੇਹਾ ਭਾਅ ਜੀ ਮੈਂ ਤਾਂ ਆਪਣੇ, ਮੇਰੀ ਗੱਲ ਕੌੜੀ ਲੱਗਦੀ ਹੈ ਸ਼ਾਇਦ ਇਸੇ ਕਰਕੇ,
ਜਿਹੜੇ ਕੋਈ ਇੱਕ ਹੁੰਦਾ ਨਾ ਹਨੇਰੇ ਜਿਹੇ 'ਚ ਰਹਿਣਾ ਪਸੰਦ ਹੈ ਲੋਕਾਂ ਨੂੰ ਵੀ ਆਹ ਇੱਕ ਮੁੰਗੇਰੀ ਲਾਲ ਕੇ ਹਸੀਨ ਸੁਪਨੇ, ਉਹ ਸੁਪਨਿਆਂ 'ਚ ਰਹਿਣਾ ਜ਼ਿਆਦਾ ਪਸੰਦ ਕਰਦੇ. ਅਸਲੀਅਤ 'ਚ ਜਦੋਂ ਆਉਂਦੇ ਨੇ ਤਾਂ ਅਸਲੀਅਤ ਕੌੜੀ ਹੁੰਦੀ ਹੈ, ਤਾਂ ਫਿਰ ਜਦੋਂ ਕੌੜੀ ਹੁੰਦੀ ਹੈ ਤਾਂ ਉਦੋਂ ਫਿਰ ਇਹਨੂੰ ਲੱਗਦਾ ਵੀ ਜਿਹੜਾ ਅਸਲੀਅਤ ਦੱਸ ਰਿਹਾ ਉਹਨੂੰ ਜੁੱਤੀਆਂ ਮਾਰੋ, ਵੀ ਤੂੰ ਮੈਨੂੰ ਜਗਾ ਕਿਉਂ ਰਿਹਾ. ਫਿਰ ਉਹਨੂੰ ਇਹ ਗਾਲਾਂ ਕੱਢਦੇ ਨੇ, ਬਾਈ ਜੀ ਗਾਲਾਂ ਗੂਲਾਂ ਕੱਢ ਕੇ ਕੋਈ ਫਰਕ ਨਹੀਂ ਪੈਣਾ. ਮੈਨੂੰ ਦੇਖ ਕੇ ਨਾ ਕਈ ਬੰਦੇ ਐਸੇ ਨੇ ਸੱਚੇ ਜਿਹੜੇ ਪਿੱਛੇ ਹੋ ਜਾਣਗੇ, ਕਹਿੰਦਾ ਰਹਿਣ ਦੇ. ਲੋਕ ਉਦਾਹਰਨ ਦਿਆ ਕਰਨਗੇ ਵੀ ਜੱਸੀ ਦਾ ਹਾਲ ਨਹੀਂ ਦੇਖਿਆ, ਛੱਡ ਤੂੰ ਆਪਾਂ ਨੇ ਕੀ ਲੈਣਾ, ਆਪਣਾ ਆਪਣਾ ਰਾਂਝਾ ਰਾਜੀ ਰੱਖ, ਤੂੰ ਟੈਨਸ਼ਨ ਨਾ ਲੈ. ਆਹ ਵੀ ਬੜੇ ਇਹਨੇ ਹੱਥ ਚੱਕੀ ਸੀ ਜੱਸੀ ਨੇ, ਦੇਖ ਲੈ ਮਾਂ ਭੈਣ ਕੀਤੀ ਪਈ ਹੈ ਲੋਕ. ਮੈਨੂੰ ਕੋਈ ਫਰਕ ਨਹੀਂ ਪੈਂਦਾ, ਤੁਹਾਨੂੰ ਮੈਂ ਦੱਸਾਂ, ਮੈਂ ਤੁਹਾਡੇ ਲਈ ਲੜ ਰਿਹਾ. ਜਦੋਂ ਇਸੇ ਆਮ ਆਦਮੀ ਪਾਰਟੀ 'ਚ ਭਗਵੰਤ ਮਾਨ ਦਾ ਵੀ ਸੀਨੀਅਰ ਹਾਂ ਮੈਂ, ਭਗਵੰਤ ਮਾਨ ਤੋਂ ਔਖੀ ਸੀਟ ਲੜਿਆ ਹੋਇਆ. ਭਗਵੰਤ ਮਾਨ ਤੋਂ ਪਰਮਾਤਮਾ ਤੋਂ ਡਰ ਕੇ ਕਹਿਣਾ ਜ਼ਿਆਦਾ ਦਲੇਰੀ ਹੈ ਅਤੇ ਜ਼ਿਆਦਾ ਸੱਚਾਈ ਹੈ. ਬਸ ਭਗਤ ਸਿੰਘ ਦੀ ਪੱਗ ਨਹੀਂ ਬੰਨਦਾ ਮੈਂ, ਮੈਂ ਨਾਟਕ ਨਹੀਂ ਕਰਦਾ. ਜੇ ਅਸਲੀਅਤ 'ਚ ਇੱਦਾਂ ਦਾ ਕਬੂਲ ਹੈ ਤਾਂ ਮੇਰੀ ਗੱਲ ਮੰਨ ਲਿਓ ਬਾਈ, ਭਾਰਤੀ ਜਨਤਾ ਪਾਰਟੀ 'ਤੇ ਭਰੋਸਾ ਕਰਕੇ ਦੇਖੋ. ਕਿਉਂਕਿ ਜਦੋਂ ਸੂਰਜ, ਜਦੋਂ ਇਸ ਭਗਵੰਤ ਨੇ ਜਾਂ ਕਾਂਗਰਸ ਨੇ ਜਾਂ ਫਿਰ ਅਕਾਲੀਆਂ ਨੇ ਜਿਹਦੀ ਵੀ ਸਰਕਾਰ ਆ ਜਾਂਦੀ, ਝਾਕਣਾ ਤਾਂ ਕੇਂਦਰ ਵੱਲ ਸੀ ਅਤੇ ਕੇਂਦਰ 'ਚ ਭਾਰਤੀ ਜਨਤਾ ਪਾਰਟੀ ਹੈ, ਤਾਂ ਜਦੋਂ ਜਿਹਨੇ ਵੀ ਮੰਗਣ ਜਾਣਾ ਸੀ ਉੱਥੋਂ ਮੰਗਣ ਜਾਣਾ ਸੀ, ਅਤੇ ਉਹਨਾਂ ਨੂੰ ਇੱਥੇ ਕਿਉਂ ਨਹੀਂ ਦੇ ਦਿੰਦੇ ਆਪਾਂ ਸਰਕਾਰ? ਜੇ ਉਹਨਾਂ ਨੂੰ ਦਿੱਤੀ ਹੁੰਦੀ ਤਾਂ ਅਸੀਂ ਬੰਦਾ ਜਾ ਕੇ ਕਹਿ ਸਕਦਾ ਕਿ ਜਨਾਬ ਪੰਜਾਬ ਦਾ. ਅਗਲਾ ਕਹਿੰਦਾ ਲਿਆ ਯਾਰ ਚੱਕ ਕਰ, ਕਿਉਂਕਿ ਅਸੀਂ ਨਾ ਅਸੀਂ ਝੂਠ ਨਹੀਂ ਨਾ ਵੰਡਿਆ. ਭਾਰਤੀ ਜਨਤਾ ਪਾਰਟੀ ਨੇ ਨਹੀਂ ਕਿਹਾ ਤੁਹਾਨੂੰ 300 ਯੂਨਿਟ ਫਰੀ ਦੇਵਾਂਗੇ, ਉਹਨਾਂ ਨੇ ਕਿਹਾ 1000 ਰੁਪਇਆ ਔਰਤ ਨੂੰ ਦੇਵਾਂਗੇ. ਯਾਰ ਔਰਤ ਨੂੰ ਅਪਾਹਿਜ ਕਰਨਾ, ਯੂਥ ਨੂੰ ਅਪਾਹਿਜ ਕਰਨਾ, ਗਰੀਬਾਂ ਨੂੰ ਅਪਾਹਿਜ ਕਰਨਾ, ਨਸ਼ੇੜੀ ਬਣਾਉਣਾ, ਆਲਸੀ ਬਣਾਉਣਾ, ਵਿਹਲੜ ਬਣਾਉਣਾ, ਇਹਦੇ ਨਾਲ ਸ਼੍ਰੀ ਲੰਕਾ ਨਾਲ ਦਾ ਦੇਸ਼ ਹੁਣ ਡੁੱਬਿਆ, ਸਾਡਾ ਪੰਜਾਬ ਡੁਬੋ ਦੇਣਾ ਇਸ ਵਿਹਲੜਪਣੇ ਨੇ. ਸੋ ਮੈਂ ਆਪ ਸਭ ਨੂੰ ਕਹਿਣਾ ਬਾਈ ਜੀ, ਅਸਲੀਅਤ 'ਚ ਜੀਓ. ਕੋਈ ਵੀ ਜਿਹੜੀ ਡਿਵੈਲਪਡ ਕੰਟਰੀ ਹੈ ਉਹ ਡਿਵੈਲਪਡ ਟੈਕਸਿਸ ਕਰਕੇ ਹੈ, ਪਰ ਉਹ ਟੈਕਸ ਸਹੀ ਜਗ੍ਹਾ 'ਤੇ ਵਰਤੇ ਜਾਣ. ਜੇ ਫਰੀ ਸਭ ਕੁਝ ਦੇ ਦੇਣਾ ਤਾਂ ਬਾਈ ਜੀ ਫਿਰ ਤਾਂ, ਜੇ ਮੇਰੇ ਕੋਲ ਪੈਸੇ ਨੇ, ਮੈਂ ਆਪਣੇ ਜਵਾਕ ਨੂੰ 8ਵੀਂ 'ਚ ਹੀ ਕਹਿੰਦਾ ਚੱਕ ਬੁਲਟ, ਆ ਲੈ ਬੇਟੇ 10,000 ਰੁਪਇਆ ਅੱਗ ਲਾ ਦੇ ਸਕੂਲ 'ਚ ਜਾ ਕੇ, ਇਹਨੂੰ ਕਹਿ ਦੇ ਅਰੇ ਪਾਪੇ ਦੇ ਕੋਲ ਬਥੇਰੇ ਪੈਸੇ ਹੈ, ਬਾਈ ਮੈਂ ਆਪਣਾ ਬੱਚਾ ਵੀ ਖਰਾਬ ਕਰ ਲੂੰਗਾ, ਉਹਦੀਆਂ ਪੁਸ਼ਤਾਂ ਵੀ ਖਰਾਬ ਕਰ ਦੂੰਗਾ, ਮੇਰਾ ਅਗਲਾ ਵੰਸ਼ ਮਾਰਿਆ ਜਾਊ. ਸੋ ਫਰੀ ਬੀਸ ਤੋਂ ਬਚੋ, ਮਾਰੇ ਜਾਊਂਗੇ ਪੰਜਾਬੀ, ਉਹ ਹੱਥ ਜੋੜ ਕੇ ਕਹਿੰਦੇ ਹਾਂ ਤੁਹਾਨੂੰ. ਸੱਚ ਦੀ ਰੋਸ਼ਨੀ 'ਚ ਰਹੋ, ਕਿਸੇ ਨੂੰ ਵੀ ਜਾਤੀ ਤੌਰ 'ਤੇ ਦੁਸ਼ਮਣ ਨਾ ਬਣਾ ਕੇ ਬਹਿ ਜਾਓ. ਜੋ ਤੁਹਾਡੇ 'ਚ ਭ੍ਰਾਂਤੀ, ਇੱਕ ਭਰਮ ਫੈਲਾ ਦਿੱਤਾ ਗਿਆ, ਉਹ ਤੋਂ ਦੂਰ ਕਰੂੰਗਾ ਮੈਂ. ਮੈਂ ਤਾਂ ਇਹ ਕਹੂੰਗਾ ਭਾਰਤੀ ਜਨਤਾ ਪਾਰਟੀ 'ਤੇ ਭਰੋਸਾ ਰੱਖੋ. ਜੇ ਸਾਡੇ ਵਰਗੇ ਭਾਰਤੀ ਜਨਤਾ ਪਾਰਟੀ 'ਚ ਗਏ ਤਾਂ ਬੜਾ ਕੁਝ ਸੋਚ ਕੇ ਗਏ ਆ. 2024 ਤੱਕ ਭਾਰਤੀ ਜਨਤਾ ਪਾਰਟੀ ਸੈਂਟਰ 'ਚ ਹੈ, ਅਤੇ 2024 ਤੋਂ 2029 ਤੱਕ ਤਾਂ ਘੱਟੋ ਘੱਟ ਫਿਰ ਭਾਰਤੀ ਜਨਤਾ ਪਾਰਟੀ ਹੋਈ ਸੈਂਟਰ 'ਚ. ਤੋ ਸਾਨੂੰ ਜਿੱਥੋਂ ਫਾਇਦਾ ਭਗਵੰਤ ਮਾਨ ਨੂੰ ਦਿਖਦਾ ਉਹ ਜਾਂਦਾ ਭਾਰਤੀ ਜਨਤਾ ਪਾਰਟੀ ਕੋਲ ਹੀ ਹੈ, ਤਾਂ ਫਿਰ ਇਹੋ ਜਿਹੇ ਬੰਦੇ ਨੂੰ ਰੱਖਣਾ ਕੀ ਹੈ ਜਿਹਦੇ ਕੋਲ ਖੁਦ ਕੋਲ ਅਕਲ ਹੈ ਨਹੀਂ? ਉਹ ਦਿੱਲੀ ਤੋਂ ਅਕਲ ਲੈਣ ਜਾਂਦਾ ਕੇਜਰੀਵਾਲ ਤੋਂ, ਇਹਦਾ ਮਤਲਬ ਹੀ ਇਜ਼ ਇਨਕੈਪੇਬਲ. ਤਾਂ ਇਹ ਤੁਸੀਂ ਤਜਰਬੇ ਹੀ ਕਰੀ ਜਾਣੇ ਇਹੋ ਜਿਹੇ ਬੰਦਿਆਂ ਦਾ ਸ਼ੌਂਕ ਪੂਰਾ ਕਰਨਾ. ਹਾਂ ਹਾਂ ਅੱਛਾ ਬੇਟੇ ਤੁਸੀਂ ਇਹ ਬਣਨਾ ਚਾਹੁੰਦਾ, ਲੈ ਤੈਨੂੰ ਬਣਾ ਦਿੰਦੇ ਇਸ ਵਾਰੀ. ਬੀ ਪ੍ਰੈਕਟੀਕਲ. ਬਹੁਤ ਸੀਸ ਦਿੱਤੇ ਨੇ ਆਪਾਂ ਨੇ, ਇਹ ਸਿਰ ਵਰਤਣੇ ਆ ਪੰਜਾਬੀਓ. ਬਸ ਇਹੀ ਮੇਰਾ ਸੁਨੇਹਾ ਤੁਹਾਨੂੰ. ਬਾਕੀ ਪਰਮਾਤਮਾ ਚੜ੍ਹਦੀ ਕਲਾ ਪੰਜਾਬ ਦੀ ਹਮੇਸ਼ਾ ਹੀ ਕਰੇ. ਚੜ੍ਹਦੀ ਕਲਾ 'ਚ ਰਹੇ ਮੇਰਾ ਪੰਜਾਬ, ਚੜ੍ਹਦੀ ਕਲਾ 'ਚ ਰਹੇ ਮੇਰਾ ਦੇਸ਼. ਸੋ ਇਹ ਸਨ ਜੱਸੀ ਜਸਰਾਜ. ਪੰਜਾਬੀਆਂ ਨੂੰ ਵੀ ਇਹ ਗੱਲ ਇਹਨਾਂ ਵੱਲੋਂ ਸਾਫ਼ ਕਹੀ ਗਈ ਹੈ ਕਿ ਜੇ ਕੋਈ ਗੱਲ ਹੁੰਦੀ ਆ ਸੱਭਿਅਕ ਭਾਸ਼ਾ ਵਿੱਚ ਵੀ ਹੋ ਸਕਦੀ ਆ, ਗਾਲਾਂ ਕੱਢ ਕੇ ਉਹਦਾ ਕੋਈ ਕਿਸੇ ਮੁੱਦੇ ਦਾ ਕੋਈ ਹੱਲ ਨਹੀਂ ਹੁੰਦਾ. ਸੋ ਮੈਂ ਵੀ ਇਹੀ ਕਹਿਣਾ ਚਾਹੂੰਗਾ ਕਿ ਗਾਲਾਂ ਕੱਢਣ ਨਾਲ ਨਾ ਗਾਲਾਂ ਕੱਢੋ ਅਤੇ ਨਾ ਗਾਲਾਂ ਖਾਓ. ਹੋਰ ਅਪਡੇਟ ਲਈ ਕਰੋ ਸਾਡਾ ਯੂਟਿਊਬ 'ਤੇ ਚੈਨਲ ਸਬਸਕ੍ਰਾਈਬ, ਅਤੇ ਫੇਸਬੁੱਕ 'ਤੇ ਸਾਡੇ ਪੇਜ ਨੂੰ ਕਰ ਲਓ ਲਾਈਕ. ਜੁੜੇ ਰਹੋ ਪੰਜਾਬੀ ਪੁਆਇੰਟ ਵੈੱਬ ਟੀ ਵੀ ਦੇ ਨਾਲ. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ.